इंद्रजीत निकून में अब डेरिया के उ जाड़ की कोई चमत्कार की आस गुरु ग्रंथ साहब जी पावर गुरु ग्रंथ साहब जी के मूहे रोए नहीं पर डेरे से जाके अखा गिल कर भावक हो गए फिस गए तो उठे अभी कुछ बोले नहीं अभी दोनों बैठे दोनों जी बैठा मुँह से मेरे मासक लिया इैठी है पाठ करी जाने जी आप आता गया यार पर अपनी जगह नहीं है डेराबाद का टोटली विरोध करो मेनू कोई टेंशन नहीं ਲੇਕਿਨ ਇਨਸਾਨਾਂ ਦੀ ਤਾਂ ਕਦਰ ਕਰ ਲੋ ਬਈ ਤੁਸੀਂ ਆਪਦੀ ਪਛਾਣ ਲੁਕਾਉਣ ਦੇ ਲਈ ਟੋਪੀ ਲੈ ਕੇ ਗਏ ਤੇ ਮੂੰਹ ਤੇ ਮਾਸਕ ਪਾਇਆ ਸੀ ਪਰ ਜਦੋਂ ਇਹ ਸਾਰਾ ਕੁਝ ਹੋਇਆ ਸੋਸ਼ਲ ਮੀਡੀਆ ਦੇ ਉੱਪਰ 네ਗੇਟਿਵਿਟੀ ਜਦੋਂ ਫੈਲਣੀ ਸ਼ੁਰੂ ਹੋਈ ਜਦੋਂ ਲੋਕਾਂ ਨੇ ਤੁਹਾਨੂੰ ਮੰਦਾ ਚੰਗਾ ਬੋਲਿਆ ਤੁਹਾਨੂੰ ਉਦੋਂ ਵੀ ਫੋਨ ਕਾਲਸ ਆਏ ਵੀ ਨਿੱਕੂਆ ਕੀ ਕੰਮ ਕਰ ਦਿੱਤਾ ਇਹ ਉਮੀਦ ਨਹੀਂ ਸੀ ਆਖਦੀ ਹੁੰਦੀ ਸੀ ਅਪਣਾ ਕੇ ਛੱਡੂਗੀ ਹੂੰ ਸੱਚ ਜਾਣੀ ਉਹਨੇ ਅਪਣਾ ਕੇ ਛੱਡਤਾ ਤੁਹਾਨੂੰ ਲੋਕਾਂ ਨੇ ਅਪਣਾ ਕੇ ਛੱਡਤਾ ਸੀ ਆਰਟਿਸਟ ਨੂੰ ਆਰਟਿਸਟ ਰਹਿਣ ਦੋ ਹੂੰ ਕੋਈ ਤਾਂ ਬੰਦਾ ਐਸਾ ਰਖ ਲੋ ਜਿਹੜੇ ਸਾਰੇ ਧਰਮਾਂ ਦੀ ਸਾਂਝੀ ਗੱਲ ਕਰੇ ਵਾਹ ਜਿਹੜਾ ਸਾਰਿਆਂ ਨੂੰ ਜੋੜ ਕੇ ਰੱਖੇ ਮੈਨੂੰ ਜਿੰਨੇ ਸ਼ੋਅ ਤੋਂ ਆਏ ਨੇ ਕੈਨੇਡਾ ਮੈਨ ਕਾਸਟੋਲੀਆ ਤੋਂ ਮੁਸਲਮਾਨਾਂ ਦੇ ਹਿੰਦੂਆਂ ਭਈ ਅਸੀਂ ਸ਼ੋਅ ਕਰਾਂ ਪਰ ਉਥੇ ਹੀ ਗੱਲ ਚੱਲ ਰਹੀ ਹੈ ਕਹਿੰਦੇ ਵੀ ਨਿੱਕੂ ਜੀ ਦੇ ਕੋਲ ਤਾਂ 6-7 ਕਰੋੜ ਰੁਪਈਆ ਆ ਚੁੱਕਿਆ ਹੁਣ ਤਾਂ ਉਹਨਾਂ ਨੂੰ ਸ਼ੋਅ ਦੇ ਲਈ ਜਰੂਰ ਖਾਤਾ ਪਰ ਤੇ ਉਹਨਾਂ ਦੇ ਮੈਨੇਜਰ ਸਾਹਿਬਾਨੇ ਕਹਿੰਦੇ ਨੇ ਵੀ 6 ਮਹੀਨੇ ਤੱਕ ਕੋਈ ਤਰੀਕੀ ਹੈ ਨਹੀਂਗੀ ਉਸ ਤੋਂ ਬਾਅਦ ਚ ਤਰੀਕ ਮਿਲੂਗੀ ਇਹ ਗੱਲਾਂ ਕਿੰਨੀਆਂ ਸੱਚੀਆਂ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਬਹੁਤ ਔਖਾ ਬਹੁਤ ਕਰਜ਼ਾ ਸਰਤੇ ਬਹੁਤ ਲੋਕ ਤੰਗ ਕਰਦੇ ਨੇ ਲੇਕਿਨ ਪੈਸੇ ਨਹੀਂ ਚਾਹੀਦੇ ਸ਼ੋਅ ਚਾਹੀਦੇ ਨੇ ਅੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨ ਥਿੰਦ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਟਾਣਾ ਜੀ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਜਿੰਦਾਬਾਦ ਆ ਪਰ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨੀ ਆ ਉਹਨਾਂ ਦੀਆਂ ਅੱਖਾਂ ਵਿੱਚਲੇ ਅਥਰੂਆਂ ਨੇ ਪੰਜਾਬ ਦੇ ਸੰਗੀਤ ਪ੍ਰੇਮੀਆਂ ਨੂੰ ਇੱਕ ਵਾਰ ਝੋੜ ਦਿੱਤਾ ਬਿਲਕੁਲ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨੀ ਆ ਉਹਨਾਂ ਦੇ ਗੀਤ ਲੰਮਾ ਸਮਾਂ ਨਸੀਬੋ ਕੀਤੇ ਕਰਦੀਆ ਤੋਂ ਲੈ ਕੇ ਹਮ ਅੱਜ ਤੱਕ ਜਾਂ ਹੁਣ ਤੋਂ ਕੁਝ ਕਵਰੇ ਪਹਿਲਾਂ ਤੱਕ ਲੋਕਾਂ ਦੇ ਕੰਨਾਂ ਦੇ ਵਿੱਚ ਗੂੰਜਦੇ ਰਹੇ ਆ ਜੀ ਸਮਾਂ ਆਉਦਾ ਪਲਟੀ ਮਾਰਦਾ ਰਹੀ ਵਾਸਤੇ ਕੱਤ ਸਮੇ ਨੇ ਇਕ ਨਾ ਮੰਨੀ ਮੈਂ ਫੜ ਫੜ ਰਹੀ ਤਰੀਕੇ ਸਮੇ ਕਿ ਸਿਕਾਈ ਕਰਨੀ ਭਾਈ ਵੀਰ ਸਿੰਘ ਨੇ ਸਤਰਾ ਲਿਖੀਆਂ ਮਤਲਬ ਇਹ ਵੀ ਸਮਾਂ ਕਿਸੇ ਦੇ ਪਾਵੇ ਨਾਲ ਨਹੀਂ ਬੰਨਿਆ ਬੜੇ ਲੋਕਾਂ ਨੂੰ ਅਸੀਂ ਦੇਖਿਆ ਜਿਹੜੇ ਬਹੁਤ ਅਮੀਰ ਹੁੰਦੇ ਆ ਤੇ ਪਤਾ ਹੀ ਨਹੀਂ ਲੱਗਦਾ ਵੀ ਧੋਬੀ ਪਟਕਾ ਕਦੋਂ ਲੱਗ ਗਿਆ ਜੀ ਬੜੇ ਲੋਕ ਇਹ ਹੁੰਦੇ ਆ ਜਿਹੜੇ ਕਿ ਬਿਲਕੁਲ ਪਖਾਰੀਆਂ ਵਰਗੀ ਸਥਿਤੀ ਦੇ ਵਿੱਚ ਹੁੰਦੇ ਮੰਦੜੇ ਹਾਲ ਦੇ ਵਿੱਚ ਇੱਕਦਮ ਤੂਤੀ ਬੋਲਣ ਲੱਗ ਜਾਂਦੀ ਹੈ ਕੁਦਰਤ ਦੀ ਰੱਬ ਦੀ ਕਿਰਪਾ ਜੇਕਰ ਹੋਵੇ ਤਾਂ ਗੱਲ ਬਣ ਜਾਂਦੀ ਹੈ ਬਿਲਕੁਲ ਸਹੀ ਬਿਲਕੁਲ ਬਣ ਜਾਂਦੀ ਹੈ ਔਰ ਬਹੁਤੀ ਵਾਰ ਅਸੀਂ ਇਹ ਚਮਤਕਾਰ ਹੁੰਦੇ ਹੈ ਅੱਖੀਂ ਵੇਖਦੇ ਵੀ ਤੇ ਅੱਜ ਅਸੀਂ ਇੰਦਰਜੀਤ ਨਿਕੂ ਨਾਲ ਗੱਲ ਕਰਨੀ ਹੈ ਇੰਦਰਜੀਤ ਨਿਕੂ ਦਾ ਉਹ ਗਾਣਾ ਨਹੀਂ ਆਇਆ ਜਾਂ ਕਹਿੰਦੇ ਵਿਵਾਦ ਆਇਆ ਜਾਂ ਕਹਿੰਦੇ ਚਰਚਾ ਆਈ ਜਾਂ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਦਾ ਪੁਚਾੜ ਆਇਆ ਕੁਝ ਕਿ ਲੋਕ ਇਹ ਗੱਲ ਕਹਿੰਦੇ ਆ ਵੀ ਨਿੱਕੂ ਡੇਰੇ ਤੇ ਕਿਉਂ ਗਿਆ ਜੀ ਕੁਝ ਕਿ ਲੋਕ ਇਹ ਗੱਲ ਕਹਿੰਦੇ ਵੀ ਯਾਰ ਭਰਿਆ ਹੋਇਆ ਬੰਦਾ ਕਿਤੇ ਨਾ ਕਿਤੇ ਤਾਂ ਡੁੱਬਦੇ ਨੂੰ ਟਣਕੇ ਦਾ ਸਹਾਰਾ ਵਾਲੀ ਗੱਲ ਸਮਝਦਾ ਵੀ ਉਹ ਜਾਂਦਾ ਹੀ ਆ ਪੰਜਾਬ ਵੱਡੀ ਗੜਤੀ ਦੇ ਵਿੱਚ ਲੋਕ ਵੱਖ-ਵੱਖ ਡੇਰੇ ਆਂ ਤੇ ਜਾਂਦੇ ਆ ਵੈਸੇ ਮੈਂ ਨਿੱਜੀ ਤੌਰ ਤੇ ਨਹੀਂ ਗਿਆ ਕਿਤੇ ਪਰ ਲੋਕ ਜਾਂਦੇ ਆ ਜਿਹੜੇ ਜਾਂਦੇ ਉਹ ਵੀ ਸਾਡੇ ਭੈਣ ਭਰਾ ਜੀ ਬਿਲਕੁਲ ਕਿਸੇ ਦੀ ਆਪਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਕਹਿ ਸਕਦੇ ਕੋਈ ਗਾਲ ਦੁੱਪੜ ਦੀ ਵਰਤੋਂ ਨਹੀਂ ਕਰ ਸਕਦੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿਦੀ ਜਿੱਥੇ ਮਰਜ਼ੀ ਉਹ ਜਾਵੇ ਪਰ ਨਿੱਕੂ ਨੂੰ ਜ਼ਰੂਰਤ ਕੀ ਪਈ ਡੇਰੇ ਤੇ ਜਾਣ ਦੀ ਨਿੱਕੂ ਦੇ ਉੱਤੇ ਔਖ ਨਿੱਕੂ ਜਿਹੜਾ ਕਿ ਲੋਕਾਂ ਨੂੰ ਹਸਾਉਂਦਾ ਤੇ ਨਚਾਉਂਦਾ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਕਿਉਂ ਆ ਗਏ ਅੱਜ ਇਹ ਸਾਰੇ ਸਵਾਲ ਕਰਨੇ ਆ ਜਿੰਦਰਜੀਤ ਨਿੱਕੂ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਮੁਲਾਕਾਤ ਦੇ ਲਈ ਅਸੀਂ ਉਹਨਾਂ ਨੂੰ ਸੱਦਿਆ ਸਿੱਧੀ ਗੱਲਬਾਤ ਨਿੱਕੂ ਦੇ ਨਾਲ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਸ਼ੀਗਾਂ ਜੀ ਸਾਰੇ ਪਿਆਰ ਕਰਨ ਵਾਲਿਆਂ ਨੂੰ ਚਾਣ ਵਾਲਿਆਂ ਨੂੰ ਦਿਲੋਂ ਪਿਆਰ ਦਿਲੋਂ ਸਤਿਕਾਰ ਤੁਹਾਡਾ ਕਰਜ਼ ਕਦੇ ਨਹੀਂ ਦੇ ਸਕਦਾ ਕਦੇ ਨਹੀਂ ਮੋੜ ਸਕਦਾ ਜਿਹੜਾ ਤੁਸੀਂ ਇਹ ਬਾਹ ਫੜੀਏ ਮੇਰੀ ਮੈਨੂੰ ਤਾਂ ਸਮਝ ਵੀ ਨਹੀਂ ਲੱਗਦੀ ਕਿ ਮੈਂ ਕੀ ਅਲਫਾਜ਼ ਬੋਲਾਂ ਕਿਹੜੇ ਵਰਡ ਬੋਲਾਂ ਮੇਰਾ ਜਿਸ ਦਾ ਜਿਸ ਦਿਨ ਦਾ ਇਹ ਗੱਲਾਂ ਸ਼ੁਰੂ ਹੋਈਆਂ ਨੇ ਮੇਰਾ ਵਾਹਿਗੁਰੂ ਦੀ ਕਸਮ ਮੇਰਾ ਦਿਲ ਨਹੀਂ ਸੀ ਕਿ ਮੈਂ ਕਿਸੇ ਕੈਮਰੇ ਮੂਰੇ ਬੈਠ ਕੇ ਕੋਈ ਗੱਲ ਬੋਲਾਂ ਕਿਸੇ ਮੀਡੀਆ 'ਚ ਜਾਵਾਂ ਇਹ ਭਰਾ ਮੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ पहले दिन सतारा घंटे रेगुलर सब दिया फोन कॉल्स मैं खुद लिया ऑफिस वाले फोन पर भी मेरे फोन पर भी दूजा फ़ोनों पर भी कल रेगुलर कल मैं जिने बजे उठ्या दस अट्ठे दस उठ तो फोन ऑन किया कि मिस कॉल् दूसरे नंबर पर मेरा फोन बंद जो तो उस फिर सारा दिन रात तक अज फिर सवेर तो लग्या पहला मैं गिपी ने मना किया कि, कि मैं तो आया नहीं जाना क्योंकि घरें बहुत सारे प्यार करने वाले लोग पहुँचे ਰਜੇਂਦਰ ਪਾਜੀ ਫਾਈਨ ਟਨ ਜਿੱਥੋਂ ਮੇਰੀ ਸ਼ੁਰੂਆਤ ਹੋਈ ਪਹਿਲੇ ਦਿਨ ਜਦੋਂ ਮੇਰੇ ਗਾਣੇ ਦੀ ਸ਼ੁਰੂਆਤ ਹੋਈ ਪਹਿਲੇ ਦਿਨ ਮੇਰੇ ਘਰੇ ਆਏ ਉਹ ਦੂਜੀ ਵਾਰ ਅੱਜ ਮੇਰੇ ਘਰੇ ਆਏ ਉਹ ਵੀ ਬਹੁਤ ਖੁਸ਼ੀ ਵਾਲਾ ਪਲ ਸੀ ਕਿ ਮੈਨੂੰ ਜਦੋਂ ਉਹਨਾਂ ਨੇ ਦੁਆ ਦਿੱਤੀ ਕਿ ਤੇਰਾ ਦੁਆਰਾ ਟਾਈਮ ਸ਼ੁਰੂ ਹੋ ਗਿਆ ਮੈਂ ਕਿਹਾ ਪਾਜੀ ਪਹਿਲਾਂ ਵੀ ਤੁਸੀਂ ਕਰਾ ਕੇ ਗਏ ਸੀ ਅੱਜ ਵੀ ਤੁਸੀਂ ਕਰਾਉਣ ਆਏ ਹੋ ਤੁਹਾਡੀਆਂ ਦੁਆਵਾਂ ਉਤੋਂ ਬਾਅਦ ਕਿੰਨੇ ਲੋਕ ਹੀ ਐਸੇ ਜਿਹੜੇ ਮੇਰੇ ਘਰ ਆ ਕੇ ਮੰਗਲੀ ਸਾਹਿਬ ਆਏ ਪਤਾ ਨਹੀਂ ਕਿੰਨੇ ਲੋਕ ਨਿਕੋ ਬਾਈ ਜੀ ਤੁਹਾਡਾ ਇੱਕ ਗਾਣਾ ਹਾਂਜੀ ਆਖਦੀ ਹੁੰਦੀ ਸੀ ਆਪਣਾ ਕੇ ਛੱਡੂੰਗੀ ਹਮ ਸੱਚ ਜਾਣੀ ਉਹਨੇ ਆਪਣਾ ਕੇ ਛੱਡਤਾ ਤੁਹਾਨੂੰ ਲੋਕਾਂ ਨੇ ਆਪਣਾ ਕੇ ਛੱਡਤਾ ਸੀ ਮੈਨੂੰ ਇਹ ਲੱਗਦਾ ਹੈ ਕਿ ਹਰ ਜਗ੍ਹਾ ਤੇ ਅਸੀਂ ਠੀਕ ਨਹੀਂ ਹੁੰਦੇ ਹਰ ਜਗ੍ਹਾ ਤੇ ਅਸੀਂ ਗਲਤ ਨਹੀਂ ਹੁੰਦੇ ਹਮ ਜੇ ਮੈਂ ਪਿੱਛੇ ਗਿਆ ਉੱਚ ਮੇਰੀਆਂ ਵੀ ਕਿਤੇ ਗਲਤੀਆਂ ਹੋਣਗੀਆਂ ਹਮ ਤੁਹਾਨੂੰ ਯਾਦ ਹੋ ਜਿਨ੍ਹਾਂ ਦਿਨਾਂ ਚ ਹਨੀ ਸਿੰਘ ਨੇ ਆਪਣੀ ਲਾਸਟ ਜਿਹੜੀ ਆਈ ਉਹ ਤੋਂ ਬਾਅਦ ਮੇਰੇ ਗਾਣੇ ਕੁਛ ਆਏ ਜਿੰਨਾ ਚੋ ਮੋਟਰ ਵਾਲਾ ਜਿੰਦਾ ਤੂੰ ਉਹਨੇ ਦੂਰ ਹੋਈ ਜਾਵੇਂ ਦਿਲ ਲਾ ਕੇ ਛੱਡਦਾ ਜੋ ਹੋਰ ਵੀ ਕੀ ਗਾਣੇ ਬੰਦੇ ਵਿਦੇਸ਼ੀਆਂ ਸਾਰੇ ਉਹ ਤੋਂ ਬਾਅਦ ਜਿੰਨੇ ਆਏ ਨੇ ਨਾ ਆ ਯਾਰ ਬਿਲੀ ਆਇਆ ਨਾ ਪੂਜਾ ਉਹਨਾਂ ਆਇਆ ਮੁੰਡਾ ਮੈਨੂੰ ਪਿਆਰ ਕਰਦਾ ਲੋਕਾਂ ਨੇ ਸੁਣਨੇ ਨੇ ਪਿਆਰ ਕੀਤਾ ਹਮ ਲੇਕਿਨ ਜਦੋਂ ਸਾਡਾ ਥੋੜਾ ਜਿਹਾ ਲੋਕਾਂ ਦੇ ਨਾਲ ਸਹਿਚਾਰ ਘਟ ਜਾਂਦਾ ਲੋਕਾਂ ਦੇ ਨਾਲ ਤਾਲਮਿਲ ਘਟ ਜਾਂਦਾ ਤੇ ਲੋਕਾਂ ਨੂੰ ਵੀ ਲੱਗਦਾ ਲੋਕ ਕਿਉਂਕਿ ਬਿਜ਼ੀ ਲਾਈਫ ਆ ਸਭ ਦੀ ਲੋਕ ਆਪਣੇ ਆਪ ਚ ਬਿਜ਼ੀ ਹੋ ਜਾਂਦੇ ਨੇ ਲੋਕਾਂ ਨੂੰ ਵੀ ਯਾਦ ਕਰਾਉਣਾ ਪੈਂਦਾ ਕਿ ਅਸੀਂ ਤੁਹਾਡੇ ਆਪਣੇ ਆ ਤੁਸੀਂ ਸਾਡੇ ਆਪਣੇ ਹੋ ਤੇ ਆਪਣਾ ਤਾਲਮਿਲ ਰਹਿਣਾ ਜ਼ਰੂਰੀ ਆ ਉਹਦੇ ਲਈ ਜਿਹੜਾ ਸਭ ਤੋਂ ਪਹਿਲੇ ਦਿਨ ਤੋਂ ਜ਼ਰੀਆ ਜਿਨੇ ਪਹਿਲੇ ਦਿਨ ਨਿਕੂ ਨੂੰ ਲੋਕਾਂ ਦੇ ਨਾਲ ਪਿਆਰ ਕਰਵਾਇਆ ਲੋਕ ਲੋਕਾਂ ਨੇ ਨਿਕੂ ਨੂੰ ਉਗਾਣਿਆ ਨੂੰ ਜਾਂ ਨਿਕੂ ਦੀ ਸਖਸ਼ੀਅਤ ਨੂੰ ਜਾਂ ਨਿਕੂ ਦੀ ਪੱਗ ਨੂੰ ਪਿਆਰ ਕੀਤਾ ਉਹਨਾਂ ਲਈ ਨਿਕੂ ਨੂੰ ਕੁਝ ਕਰਨਾ ਤਾਂ ਪੈਣਾ ਨਾ ਜੀ ਤੇ ਉਹ ਰੈਗੂਲਰ ਕਰਨਾ ਪੈਣਾ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਗੇ ਹੁੰਦਾ ਸੀ ਇੱਕ ਇੱਕ ਐਸਟ ਜਾਂ ਸੀਡੀ ਆਈ 6 ਮਹੀਨੇ ਲੋਕਾਂ ਨੇ ਗੱਡੀਆਂ ਜਲਾ ਲਈ ਤੇ ਮੁੜ ਕੇ 6 ਮਹੀਨੇ ਬਾਅਦ ਕਿਸੇ ਹੋਰ ਆਰਟਿਸਟ ਦੀ ਆਈ ਥੋੜੇ ਆਰਟਿਸਟ ਲੇਕਿਨ ਉਹ ਉਹਦੀ ਜਿਹੜੀ ਗਾਣਿਆਂ ਦਾ ਇੱਕ ਸਿਸਟਮ ਸੀ ਜਿਹੜਾ ਸਟਾਈਲ ਸੀ ਨਾ ਉਹਤੇ ਮਿਹਨਤ ਬਹੁਤ ਹੁੰਦੀ ਸੀ ਉਹ 6-6 ਮਹੀਨੇ ਲੋਕਾਂ ਦੇ ਨਾਲ ਰਹਿੰਦੇ ਸੀ ਤੇ ਫਿਰ ਉਹ 6-6 ਸਾਲ ਨਹੀਂ 60-60 ਸਾਲ ਤੱਕ ਲੋਕਾਂ ਨੂੰ ਯਾਦ ਰਹਿੰਦੇ ਸੀ ਅੱਜ ਵੀ ਨਸੀਬਾ ਤੁਹਾਨੂੰ ਯਾਦ ਹੈ ਹੂੰ ਜੀ ਉਹ ਜਦੋਂ ਤਾਲਮੇਲ ਕਿਤੇ ਘਟਿਆ ਉਹ ਚ ਕਾਰਨ ਜਿਹੜੇ ਤੁਹਾਨੂੰ ਪਤਾ ਹੈ ਜਿਹੜੇ ਸ਼ੁਰੂ ਚ ਕਾਰਨ ਬਣਨੇ ਨੇ ਬਾਰ-ਬਾਰਕ ਪਰਿਵਾਰਕ ਪਰਿਵਾਰਕ ਕੁਝ ਕੁਝ ਕ ਗਲਤੀਆਂ ਕੁਝ ਗਲਤੀਆਂ ਕੁਝ ਕ ਮਿਸਮੈਨੇਜਮੈਂਟ ਸਭ ਕੋ ਜੋ ਦੇ ਵਿੱਚ ਬਰਾਬਰ ਦਾ ਯੋਗ ਦਾ ਮਿਸ ਮੈਨੇਜਮੈਂਟ ਕੀ ਹੋਈ ਜਦੋਂ ਇੱਕ ਆਰਟਿਸਟ ਲੋਕਾਂ ਦੇ ਵਿੱਚ ਵਿਚਰਦਾ ਹਰ ਬੰਦੇ ਨਾਲ ਗੱਲ ਨਹੀਂ ਕਰ ਸਕਦਾ ਹਰ ਬੰਦੇ ਨੂੰ ਮਿਲ ਨਹੀਂ ਸਕਦਾ ਆਰਟਿਸਟ ਨੂੰ ਸਿਰਫ ਗਾਣਾ ਗਾਣਾ ਹੁੰਦਾ ਹੁੰਦਾ ਆਪਣੇ ਗਾਣੇ ਚੂਜ਼ ਕਰਨੇ ਹੁੰਦੇ ਨੇ ਉਹਦੇ ਲਈ ਟੀਮਾਂ ਦੀ ਜ਼ਰੂਰਤ ਹੁੰਦੀ ਹੈ ਅੱਗੇ ਪਿੱਛੇ ਤੁਹਾਨੂੰ ਮੈਨੇਜ ਕਰਨ ਵਾਲੀ ਇੱਕ ਟੀਮ ਅਲੱਗ ਤੋਂ ਹੁੰਦੀ ਹੈ ਸਾਨੂੰ ਪੁਰਾਣਿਆਂ ਨੂੰ ਹਮੇਸ਼ਾ ਮੇਰੇ ਨਾਲ بڑے ਲੋਕ ਨੇ ਪੁਰਾਣੇ ਆਰਟਿਸਟ ਜਿਹੜੇ ਅੱਜ ਸ਼ਾਇਦ ਬਹੁਤ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਲੇਕਿਨ ਗਾਣਾ ਅੱਜ ਵੀ ਉਹਨਾਂ ਦਾ ਬਹੁਤ ਸੁਣਨਾ ਜੀ ਮੇਰੇ ਘਰੇ ਬੈਠੇ ਨੇ ਮੇਰੀ ਰਿਕੁਐਸਟ ਹੈ ਸੀਰੀਅਸਲੀ ਸਾਰੇ ਫੈਨਸ ਨੂੰ ਜਿਵੇਂ ਤੁਸੀਂ ਮੇਰੀ ਵਾਂ ਫੜੀ ਹੈ ਨਾ ਹੁਣ ਤੁਸੀਂ ਰਾਤੋਂ ਰਾਤ ਇਹ ਪਾਸਾ ਪਲਟਿਆ ਪੂਰੀ ਦੁਨੀਆ ਨੂੰ ਇਹ ਦਿਖਾਇਆ ਨਾ ਕਿ ਜੇ ਅਸੀਂ ਕਿਸੇ ਨੂੰ ਪਿਆਰ ਕਰਦੇ ਆ ਅਸੀਂ ਇੰਨੇ ਹੀ ਕਰਦੇ ਆ ਤੇ ਤੁਸੀਂ ਜਿਹੜੇ ਚੰਗਾ ਗਾਉਣ ਵਾਲੇ ਲੋਕੀ ਨੇ ਨਾ ਉਹਨਾਂ ਨੂੰ ਵੀ ਜ਼ਰੂਰ ਮੌਕਾ ਦਿਓ ਜ਼ਰੂਰ ਆਪਣੇ ਕੰਟਰੀਆਂ 'ਚ ਬੁਲਾ ਕੇ ਇੰਡੀਆ 'ਚ ਆਪਣੀਆਂ ਖੁਸ਼ੀਆਂ ਸ਼ਾਮਲ ਕਰੋ ਕਿਉਂਕਿ ਇੱਕ ਆਰਟਿਸਟ ਦੇ ਨਾਲ ਉਹਦੇ ਪਿੱਛੇ 10 12 ਮਿਊਜੀਸ਼ੀਅਨ ਸਾਊਂਡ ਆਪਰੇਟਰ ਉਹਦੇ ਜਿੰਨੀ ਮੈਨੇਜਮੈਂਟ ਆ ਉਹਦੇ ਆਫਿਸ ਦੇ ਬੰਦੇ ਉਹ ਲੋਕਾਂ ਦੇ ਕਿੰਨੇ ਦੇ ਪਰਿਵਾਰ ਚੱਲਦੇ ਨੇ ਜੀ ਮੇਰਾ ਇੱਕ ਮਹੱਤਵਪੂਰਨ ਸਵਾਲ ਆ ਜੀ ਇਹਦਾ ਮੈਂ ਸੋਚਦਾ ਮੈਂ ਤੁਸੀਂ ਬਿਬਾਕੀ ਨਾਲ ਉੱਤਰ ਦੇਵੋਗੇ ਜੀ ਤੁਹਾਨੂੰ ਡੇਰੇ ਤੇ ਜਾਣ ਦੀ ਲੋੜ ਕਿਉਂ ਪੈਗੀ ਸਵਾਲ ਲੋ ਕਰਦੇ ਆ ਵੀ ਇੰਦਰਜੀਤ ਨਿੱਕੂ ਨੂੰ ਅੱਜ ਡੇਰਿਆਂ ਦੇ ਉੱਤੇ ਜਾਣ ਦੀ ਕੀ ਲੋੜ ਪੈਗੀ ਕੀ ਕੋਈ ਚਮਤਕਾਰ ਦੀ ਆਸ ਸੀ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਚੋਂ ਵੀ ਬਹੁਤਿਆਂ ਨੇ ਇਤਰਾਜ਼ ਜ਼ਾਹਰ ਕੀਤਾ ਵੀ ਆਖਰਕਾਰ ਡੇਰਾ ਹੀ ਕਿਉਂ ਮੇਰੀ ਜ਼ਿੰਦਗੀ 'ਚ ਜਦ ਤੂੰ ਮੇਰੇ ਜਨਮ ਲਿਆ ਮੇਰੇ ਘਰ ਦੇ ਵਿੱਚ 22 ਮੈਂਬਰ ਨੇ ਹਮ ਸਾਡੀ ਦਾਦੀ ਮਾਂ ਅੱਜ ਵੀ ਜਦੋਂ ਪਾਠ ਕਰਦੀ ਹੈ ਬੋਲ ਕੇ ਪਾਠ ਕਰਦੀ ਹੈ ਸਾਡੇ ਸਾਰੇ ਘਰ 'ਚ ਗੂੰਜਦਾ ਸੁਖਨੀ ਸਾਹਿਬ ਦਾ ਪਾਠ ਕਰਦੀ ਹੈ ਜੱਪੀ ਸਾਹਿਬ ਦਾ ਉਹਨੇ ਸਾਰੇ ਪਾਠ ਵਿੱਚ ਗੀਤਾ ਸਰ ਕਰ ਦਿਆ ਸਾਡੇ ਦਾਦਾ ਜੀ ਜਦੋਂ ਅਸੀਂ ਬਚਪਨ 'ਚ ਮੈਂ ਛੋਟਾ ਸੀ ਸਾਡੇ ਘਰੇ ਇੱਕ ਮਾਰਕੰਡੇ ਗ੍ਰੰਥ ਸੀ ਮੈਂ ਹਿੰਦੂ ਫੈਮਿਲੀ ਚੋਂ ਨਹੀਂ ਮੈਂ ਕਿਸ਼ੋਰ ਫੈਮਿਲੀ ਚ ਜਨਮ ਲਿਆ ਲੇਕਿਨ ਘਰ ਚ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਸੀ ਸਭ ਦੇ ਬਜ਼ੁਰਗ ਐਦਾਂ ਦੇ ਹੋਣਗੇ ਪੁਰਾਣੇ ਬਜ਼ੁਰਗ ਰੱਬ ਨਾਲ ਜੁੜੇ ਹੋਏ ਸੀ ਨਾ ਕਿ ਕਿਸੇ ਧਰਮ ਨਾਲ ਜੁੜੇ ਹੋਏ ਸੀ ਹੂੰ ਉਹ ਜੋ ਉਹਨਾਂ ਨੂੰ ਚੰਗਾ ਲੱਗਦਾ ਸੀ ਜਿੱਥੋਂ ਸਿੱਖਿਆ ਮਿਲਦੀ ਸੀ ਉਹ ਸਾਰਾ ਪੜ੍ਹਦੇ ਸੀ ਸੱਚ ਮਾਰਕੰਡੇ ਗ੍ਰੰਥ ਜਦੋਂ ਘਰੇ ਪੜ੍ਹਦੇ ਸੀ ਨਾ ਉਹਦੇ ਵਿੱਚ ਸਾਰਾ ਕੁਝ ਇਹ ਧਰਤੀ ਦਾ ਤੇ ਪਲੱਸ ਉਹ ਤੋਂ ਬਾਅਦ ਜਿਹੜੇ ਸਾਡੇ ਕਰਮ ਨੇ ਕਰਮਾਂ ਦੇ ਅਨੁਸਾਰ ਸਾਨੂੰ ਸਜ਼ਾਵਾਂ ਕਿਹੜੀਆਂ ਮਿਲਦੀਆਂ ਬੇਸ਼ੱਕ ਕੋਈ ਵੀ ਗ੍ਰੰਥ ਜਿਹੜੀਆਂ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਉੱਥੇ ਖੂਨ ਦੀਆਂ ਨਦੀਆਂ ਨੇ ਉੱਥੇ ਗਰਮ ਕੜਾਹੇ ਨੇ ਬੇਸ਼ੱਕ ਸਾਨੂੰ ਡਰਾਉਣ ਲਈ ਕਿ ਅਸੀਂ ਗਲਤ ਕਰਮ ਨਾ ਕਰੀਏ ਜੀ ਇਸ ਲਈ ਹੋਣਗੇ ਕਿਉਂਕਿ ਵਿਦਵਾਨ ਸੀ ਉਹਨਾਂ ਨੂੰ ਪਤਾ ਸੀ ਜੇ ਅਸੀਂ ਆ ਚੀਜ਼ਾਂ ਨਾ ਕੀਤੀਆਂ ਚੀਜ਼ਾਂ ਨਾ ਲਿਖੀਆਂ ਤੇ ਲੋਕ ਅਧਰਮੀ ਹੋਗੇ ਲੋਕ ਲੋਗਾਂ ਦੀ ਜਾਨ ਲੈਣਗੇ ਲੋਗਾਂ ਨੂੰ ਮਾਰ ਮਾਰ ਕੇ ਖਾ ਜਾਣਗੇ ਉਹਨਾਂ ਨੇ ਸਾਨੂੰ ਸਿਸਟਮ ਦਿੱਤਾ ਇੱਕ ਸਾਰੀਆਂ ਸਾਰੇ ਗੀਤਾ ਕੁਰਾਨ ਜਿੰਨੇ ਵੀ ਗ੍ਰੰਥ ਨੇ ਸਾਰਿਆਂ ਨੂੰ ਸੋਚ ਕੇ ਸਭ ਤੋਂ ਵੱਡੀ ਜਿਹੜੀ ਪੂਰੀ ਪ੍ਰਕਿਰਤੀ ਦੇ ਵਿੱਚ ਸਾਡੀ ਪੂਰੀ ਸ੍ਰਿਸ਼ਟੀ ਦੇ ਵਿੱਚ ਸਭ ਤੋਂ ਵੱਡੀ ਕਿਹੜੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਸਵਾਲ ਦਾ ਜਵਾਬ ਹੈ ਲੇਕਿਨ ਮੈਨੂੰ ਕਈ ਵਾਰ ਲੱਗਦਾ ਡੈਣਾ ਸਾਹਿਬ ਗੱਲਾਂ ਸੌਰੀ ਮੈਨੂੰ ਕਿਉਂਕਿ ਬਹੁਤ ਬੁੱਧੀਜੀਵੀ ਸਾਰੀਆਂ ਗੱਲਾਂ ਸੁਣਨਗੇ ਹਮ ਇਹ ਕੁਤਾਈਆਂ ਨੇ ਕੋਈ ਗਲਤ ਗੱਲ ਨਾ ਬੋਲੀ ਜਾਵੇ ਪਹਿਲਾਂ ਹੀ ਮਾਫ ਕਰਿਓ ਮੈਨੂੰ ਪਤਾ ਨਹੀਂ ਕਿਉਂਕਿ ਮੈਨੂੰ ਲੱਗਦਾ ਮੇਰੀ ਭਟਕਣ ਦੀ ਜਾਂ ਬੜੇ ਲੋਕਾਂ ਦੀ ਭਟਕਣ ਦੀ ਜਾਂ ਕਿਤੇ ਹੋਰ ਜਾਣ ਦੀ ਜਾਣ ਦੇ ਕਾਰਨ ਐਸੀ ਬਣਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਚੀਜ਼ ਦਾ ਹੱਲ ਹੈ ਸਹੀ ਹੈ ਲੇਕਿਨ ਸਾਨੂੰ ਮੰਨਣਾ ਨਹੀਂ ਆਉਂਦਾ ਹੂੰ ਸਾਨੂੰ ਉਹ ਪੜ ਕੇ ਉਹ ਸਿੱਖਿਆ ਤੇ ਚੱਲਣਾ ਨਹੀਂ ਆਉਂਦਾ ਜੀ ਸ਼ਾਇਦ ਸਾਨੂੰ ਉਹ ਸੁਣਾਉਣ ਵਾਲੇ ਉਹ ਗੱਲਾਂ ਦੱਸਣ ਵਾਲੇ ਲੋਕੀ ਘਟਨੇ ਹੂੰ ਸੰਤ ਮਸਕੀਨ ਸਿੰਘ ਜੀ ਭਾਈ ਪਿੰਦਰਪਾਲ ਸਿੰਘ ਜੀ ਬੜੇ ਲੋਕ ਨੇ ਜੀ ਲੇਕਿਨ ਫਿਰ ਵੀ ਐਂ ਲੱਗਦਾ ਕਿ ਹਰ ਜਗ੍ਹਾ ਤੇ ਉਹ ਨਹੀਂ ਲੋਕਾਂ ਨੂੰ ਸਮਝਾ ਸਕਦੇ ਕੱਲਾ ਹੈ ਤੁਸੀਂ ਨਹੀਂ ਸਮਝ ਸਕੇ ਇਸ ਕਰਕੇ ਗਏ ਮੈਨੂੰ ਲੱਗਦਾ ਹੈ ਇਸ ਮੈਂ ਪਹਿਲੇ ਹੀ ਕਹਨਾ ਕਿ ਸਾਡੀਆਂ ਕਮੀਆਂ ਨੇ ਜਦੋਂ ਸਾਨੂੰ ਲੱਗਦਾ ਕਿ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਜੇ ਜਾ ਕੇ ਰੋਈਏ ਨਾ ਪ੍ਰੋਪਰ ਮਾਂ ਬੱਚੇ ਨੂੰ ਜਦੋਂ ਦੁੱਧ ਦਿੰਦੇ ਨੇ ਜਦੋਂ ਬੱਚਾ ਰੋਂਦਾ ਹੈ ਰੋਂਦਾ ਮਾਂ ਵੀ ਰੋਂ ਬੱਚੇ ਨੂੰ ਰੋਂਣ ਤੋਂ ਬਿਨਾ ਦੁੱਧ ਨਹੀਂ ਪੁੱਛਦੀ ਆਪਦੇ ਕੰਮਾਂ 'ਚ ਬਿਜ਼ੀ ਹੁੰਦੀ ਹੈ ਸਾਨੂੰ ਰੋਣਾ ਨਹੀਂ ਆਉਂਦਾ ਹੂੰ ਮੈਂ ਬੜੀ ਜਗਾ ਗਿਆ ਜਦੋਂ ਮੈਨੂੰ ਲੱਗਿਆ ਮੇਰਾ ਕੰਮ ਨਹੀਂ ਠੀਕ ਹੋ ਰਿਹਾ ਬੜੀ ਜਗਾ ਗਿਆ ਮੈਂ ਕਿਸ ਨੇ ਕਿਹਾ ਤਾਂ ਪੰਡਤ ਅਚਾ ਚੱਲ ਪੰਡਤ ਕੋਲੇ ਕਿਸ ਨੇ ਕਿਹਾ ਆਬ ਸੰਤ ਅਚੇ ਚੱਲ ਸੰਤ ਕੋਲੇ ਕਿਸ ਨੇ ਕਿਹਾ ਗੁਰਦਵਾਰ ਸਾਹਿਬ ਜਾ ਕੇ ਤੁਸੀਂ ਆਪਣੀ ਗੱਲ ਕਰੋ ਜਦ ਇਹ ਪੂਰੀ ਹੋ ਜਾਂਦੀ ਆ ਇੱਥੇ ਮਹਾਰਾਜ ਜ਼ਿਆਦਾ ਸੁਣਦੇ ਨੇ ਤੁਸੀਂ ਮੈਨੂੰ ਇਹ ਦੱਸੋ ਇਹ ਇਹ ਕਿਵੇਂ ਹੋ ਸਕਦਾ ਕਿ ਰੱਬ ਇੱਥੇ ਜ਼ਿਆਦਾ ਵਸਦਾ ਇੱਥੇ ਜ਼ਿਆਦਾ ਸੁਣੀ ਜਾਂਦੀ ਹੈ ਤੇ ਇੱਥੇ ਰੱਬ ਘੱਟ ਵਸਦਾ ਇਹ ਕਿਵੇਂ ਹੋ ਸਕਦਾ ਨਹੀਂ ਹੋ ਸਕਦਾ ਜਿੰਨੀਆਂ ਚੀਜ਼ਾਂ ਕੁਦਰਤ ਨੇ ਬਣਾਈਆਂ ਨੇ ਮੇਰੇ ਆਪਣੀਆਂ ਫੀਲਿੰਗਸ ਨੇ ਜਿੰਨੀਆਂ ਚੀਜ਼ਾਂ ਕੁਦਰਤ ਨੇ ਬਣਾਈਆਂ ਨੇ ਰੱਬ ਉਹਨਾਂ ਸਾਰੀਆਂ ਚੀਜ਼ਾਂ 'ਚ ਵਸਦਾ। ਹੂੰ ਚਾਹੇ ਉਹ ਇਨਸਾਨ ਨੇ, ਚਾਹੇ ਉਹ ਜਾਨਵਰ ਨੇ, ਚਾਹੇ ਉਹ ਪ੍ਰਕਿਰਤੀ ਦਾ ਕੋਈ ਕੋਈ ਜੀਵ ਹੈ, ਪ੍ਰਕਿਰਤੀ ਹੈ, ਪਵਨ, ਗੁਰੂ, ਪਾਣੀ, ਪਿਤਾ। ਪਾਣੀ ਤੇ ਹਵਾ ਕਦਰ ਨਹੀਂ ਕੀਤੀ। ਪਾਣੀ ਤੇ ਹਵਾ ਕਦਰ ਨਹੀਂ ਕੀਤੀ। ਅਸੀਂ ਜੀ ਨਹੀਂ ਸਕਦੇ। ਹੂੰ ਉਹਦੇ ਵਿੱਚ ਵੀ ਜਾਨ ਹੈ। ਉਹਦੇ ਵਿੱਚ ਵੀ ਰੱਬ ਵਸਦਾ ਹੈ। ਪਰ ਹੁਣ ਲੋਕਾਂ ਦਾ ਦਰਸ਼ਕਾਂ ਦਾ ਸਾਡੇ ਪਰਿਵਾਰਕ ਮੈਂਬਰਾਂ ਦਾ ਸਵਾਲ ਹੋਊਗਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਰੇ ਰੋਏ ਨਹੀਂ ਪਰ ਡੇਰੇ ਤੇ ਜਾ ਕੇ ਅੱਖਾਂ ਗਿੱਲੀਆਂ ਕਰ ਲੀਆਂ ਭਾਵਕ ਹੋ ਗਏ ਫਿਸ ਗਏ ਤੁਸੀਂ ਉਹਦਾ ਕਾਰਨ ਕੀ ਸੀ ਮੇਰਾ ਸੱਚੀ ਹਲੇ ਹਲੇ ਗੱਲਾਂ ਕਰਨਾ ਮੈਨੂੰ ਲੱਗਦਾ ਸੀ ਵਕਤ ਨਹੀਂ ਹੈਗਾ ਮੈਂ ਤਾਂ ਹੀ ਤੁਹਾਨੂੰ ਮਨਾ ਕਰਦਾ ਸੀ ਤੁਸੀਂ ਹੌਸਲੇ 'ਚ ਰਹੋ ਹੌਸਲੇ 'ਚ ਮੈਂ ਹਰ ਫੁੱਲ ਫੁੱਲ ਚੜਦੀ ਕਲਾ ਹਰ ਸੰਗੀਤ ਪ੍ਰੇਮੀ ਤੁਹਾਡੇ ਨਾਲ ਆ ਤੁਸੀਂ ਅੱਖਾਂ ਗਿੱਲੀਆਂ ਨਾ ਕਰੋ ਨਹੀਂ ਮੈਂ ਰੋਂਦਾ ਨਹੀਂ ਮੈਂ ਰੋਇਆ ਨਹੀਂ ਕਦੇ ਬਾਇ ਚਾਂਸ ਹੋ ਗਿਆ ਹੈ ਨਾ ਐਂਡ ਸ਼ਾਇਦ ਮੈਨੂੰ ਯਾਦ ਇੱਕ ਵਾਰ ਕੋਈ ਗਾਣਾ ਕੀਤਾ ਸੀ ਗੁਰਦਾਸ ਭਾਈ ਜੀ ਨੂੰ ਕਹਿੰਦੇ ਜੈਦੇ ਭਾਈ ਭਾਈ ਜੀ ਨਿੱਕੂ ਨੇ ਬਹੁਤ ਸੁਣਾਇਆ ਬਹੁਤ ਸੋਣਾ ਗਾਣਾ ਬਣਿਆ ਗੁਰਦਾਸ ਭਾਈ ਕਹਿੰਦੇ ਜਦੋਂ ਕੋਈ ਚੰਗੀ ਚੀਜ਼ ਬਣਦੀ ਹੈ ਨਾ ਜਿਹੜੀ ਲੋਕਾਂ ਤੱਕ ਪਹੁੰਚਦੀ ਹੈ ਤੇ ਲੋਕ ਪਿਆਰ ਕਰਦੇ ਨੇ ਉੱਥੇ ਰੱਬ ਆਪ ਖੜ ਕੇ ਕਰਵਾਉਂਦਾ ਹੂੰ ਹੂੰ ਉਹ ਦੀਸ ਮੂਲਿਤ ਨਾਲ ਹੁੰਦੀ ਹੈ ਕਿ ਉਹ ਔਰਾ ਤਾਂ ਬਣਦਾ ਜੇ ਅਸੀਂ ਰੱਬ ਨੂੰ ਹਾਜ਼ਰ ਨਜ਼ਰ ਸਮਝ ਕੇ ਅਸੀਂ ਕੋ ਕੰਮ ਕਰਦੇ ਆਂ ਤੇ ਵਾਗਰੂ ਤੁਹਾਡੇ ਉਸ ਕੰਮ ਚ ਤੁਹਾਡਾ ਸਾਥ ਦਿੰਦਾ ਫਿਰ ਫਿਰ ਉਹ ਚੀਜ਼ ਅੱਛੀ ਬਣਦੀ ਹੈ ਅਸੀਂ ਰੂਟੀਨ ਸੋਸ਼ਲ ਮੀਡੀਆ ਮੈਂ ਉਦਾਂ ਨਹੀਂ ਬਹੁਤ ਚਲਾਉਂਦਾ ਅੱਜ ਵੀ ਹੁਣ ਵੀ ਮੇਰੇ ਜਿਹੜੇ ਮੁੰਡੇ ਕੁੜੀਆਂ ਜਿੰਨੇ ਮੇਰੇ ਕੰਮ ਨਾਲ ਕਰਦੇ ਨੇ ਸੋਸ਼ਲ ਮੀਡੀਆ ਦਾ ਕਿਉਂਕਿ ਹੁਣ ਸਾਰੀ ਚੀਜ਼ਾਂ ਨੂੰ ਮੈਨੇਜ ਕਰਨ ਲਈ ਮੈਂ ਪਿਛਲੇ 6 ਮਹੀਨਿਆਂ ਤੋਂ ਬੜਾ ਭੱਜ ਰਿਹਾ ਸੀ 15 ਵੀ ਗਾਣੇ ਬਣਾਏ ਕ ਬੜੀਆਂ ਕੰਪਨੀਆਂ ਕੋਲ ਗਿਆ بڑے ਫਿਲਮ ਵਾਲੇ ਬੰਦਿਆਂ ਕੋਲ ਗਿਆ ਪ੍ਰੋਡਿਊਸਰ ਵੀ ਨਾਲ ਲੱਗਾ ਕਿ ਅੱਧੇ ਪੈਸੇ ਇਹ ਲਾ ਦੇਣਗੇ 2-3 ਕਰੋੜ ਰੁਪਏ ਮੇਰੇ ਮਿੱਤਰ ਲਾ ਦੇਣਗੇ ਤਾਂ ਵੀ ਨੀ ਉਹ ਗੱਲਾਂ ਸਿਰੇ ਚੜੀਆਂ ਅੱਜ ਆਪਾਂ ਕਹਿੰਨਾ ਕਿ ਦੁਨੀਆ ਕਹਿੰਦੀ ਆ ਕਿ ਸੰਤੋ ਪਤਾ ਹੀ ਨਹੀਂ ਸੀ ਮੈਂ ਬੰਦਾ ਛੱਡੇ ਹੀ ਕੋਈ ਨਹੀਂ ਜਿਹਦੇ ਕੋਲ ਮੈਂ ਗਿਆ ਨਹੀਂ ਪਰ ਭਾਈ ਜੀ ਮੇਰਾ ਇੱਕ ਹੋਰ ਸਵਾਲ ਆ ਵੀ ਕੀ ਇਹ ਗੱਲ ਸੱਚੀ ਹੈ ਵੀ ਤੁਸੀਂ ਆਪਦੀ ਪਛਾਣ ਲੁਕਾਉਣ ਦੇ ਲਈ ਟੋਪੀ ਲੈ ਕੇ ਗਏ ਤੇ ਮੂੰਹ ਤੇ ਮਾਸਕ ਪਾਇਆ ਸੀ ਵੀ ਇੰਦਰਜੀਤ ਨਿੱਕੂ ਨਾਂ ਨਸ਼ਰ ਨਾ ਹੋਵੇ ਉੱਚ ਦੋ ਕਾਰਨ ਸੀ ਪਹਿਲਾ ਸੀਗਾ ਮੈਂ ਸਿੱਖ ਫੈਮਿਲੀ ਚੋਂ ਹਾਂ ਲੇਕਿਨ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਰੱਬ ਬੰਦਿਆਂ ਵਿੱਚ ਵੱਸਦਾ ਹੈ ਜੇ ਏਕੇ ਬੰਦਾ ਕਹਿੰਦਾ ਤੇ ਮੇਰੇ ਕੋਲ ਆਓ ਮੈਂ ਤੁਹਾਡੇ ਦਿਲ ਦੀ ਹਰ ਫੀਲਿੰਗ ਤੁਹਾਡੀ ਹਰ ਗੱਲ ਦੱਸੂਗਾ ਹੂੰ ਕਿਉਂਕਿ ਮੈਂ YouTube ਤੇ ਦੇਖਿਆ ਮੈਂ ਕਿਤੇ ਕਿਸ ਤੋਂ ਸੁਣਿਆ ਨਹੀਂ ਦੂਜੀ ਗੱਲ ਦੋ ਚਾਰ ਵਾਰ ਪਲਾਨਿੰਗ ਕੀਤੀ ਆਪਾਂ ਮਿਲ ਕੇ ਆਈਏ ਵਾਈਫ ਨੇ ਕਿਹਾ ਨਹੀਂ ਹੈ ਬਗੇਸ਼ਵਰ ਆਸ਼ਰਮ ਜਾਗੇ ਜਾਈਏ ਜਾਂ ਜਿੱਥੇ ਵੀ ਮਿਲिए ਹਮ ਟਿੰਗਰ ਪਰ ਪਲਾਨਿੰਗ ਕੀਤੀ ਨਹੀਂ ਜਾਇਆ ਗਿਆ ਚੌਥੀ ਵਾਰ YouTube ਤੇ ਵੀਡੀਓ ਦੇਖ ਰਹਾ ਕਿ ਉਹ ਦਿੱਲੀ ਆਉਣ ਦਾ ਪਲਾਨ ਹੈ ਉਸੇ ਫਿਰ ਵੀ ਸੋਚਿਆ ਚਲ ਦੇਖਦੇ ਆ ਅਚਾਨਕ ਮੇਰੀ ਕੋਈ ਮੀਟਿੰਗ ਪਲਾਨ ਹੋਈ ਦਿੱਲੀ ਦੀ ਮੈਂ ਵਾਈਫ ਨੂੰ ਕਹਾਂ ਚਲ ਆਪਾਂ ਚਲਦੇ ਆ ਨਾਲ ਬੱਚੇ ਕੋ ਮੇ ਆਉਣਗੇ ਕਿਉਂਕਿ ਹੁਣ ਸਿਸਟਮ ਡਾਊਨ ਔਨ ਕਰਕੇ ਜੇ ਬੱਚੇ ਵੀ ਕਿਤੇ ਘੁੰਮਦੇ ਸੀ ਉਹ ਜਦੋਂ ਮੈਂ ਕਿਤੇ ਜਾਣਾ ਮੇਰੇ ਨਾਲ ਹੀ ਉਹ ਵੀ ਨਾਲ ਹੀ ਉਹ ਚ ਘੁੰਮ ਲੈਂਦੇ ਸੀਗੇ ਪੈਸੀ ਉਨੇ ਲੱਗਣੇ ਨੇ ਸਾਡਾ ਨਾਲ ਘੁੰਮਣ ਵੀ ਹੋਜੂ ਸਾਡਾ ਕੰਮ ਵੀ ਹੋ ਜਾਊਗਾ ਜੀ ਅਸੀਂ ਉੱਥੇ ਗਏ ਜਿੱਥੇ ਜਿਹੜੀ ਸਾਡੀ ਮਸੀ ਦੇ ਘਰ ਜਾਣਾ ਸੀ ਰੋਣੀ 13 ਸੈਕਟਰ ਦੇ ਘਰ ਮਸੀ ਦਾ ਉਹਦੇ ਮੂਰੇ ਉਹਨਾਂ ਦੇ ਉਹ ਬੋਰਡ ਲੱਗੇ ਹੋ ਸੀਗੇ ਬਾਕੀਸ਼ਵਰਦਾਮ ਸਰਕਾਰ ਇੱਧਰ ਅਸੀਂ ਮਜ਼ਾਕ ਕਰਦੇ ਕਰਦੇ ਸਵੇਰੇ 4:30 ਦਾ ਟਾਈਮ ਸੀ ਜੋ ਦਿੱਲੀ ਪਹੁੰਚੇ ਮਜ਼ਾਕ ਕਰਦੇ ਕਰਦਿਏ ਅਸੀਂ ਚਲ ਦੇਖੀਏ ਇੱਥੇ ਕੀ ਹੁੰਦਾ ਯਾਰ ਹੂੰ ਸਾਢੇ 4 ਗਏ ਉੱਥੇ 50 60 ਹਜ਼ਾਰ ਬੰਦਾ ਗੱਦਿਆਂ ਤੇ ਸੁੱਤਾ ਪਿਆ ਪੂਰੇ ਪੰਡਾਲ 'ਚ ਜਿਹੜੀ ਤੁਸੀਂ ਵੀਡੀਓ ਦੇਖੀ ਹੋਣੀ ਆ ਤੇ ਕੈਮਰਾ ਦਿਖਾਉਂਦਾ ਕਿ ਦੂਰ ਤੱਕ ਲੋਕ ਬੈਠੇ ਨੇ ਕਾਫੀ ਵੱਡੀ ਗੰਟੀਜਾ ਬਹੁਤ ਵੱਡੀ ਗੰਟੀਜ 50 60 ਹਜ਼ਾਰ ਬੰਦਾ ਹੋਣਾ ਸੀ ਸੁੱਤਾ ਪਿਆ ਥੇ ਅੱਧੇ ਲੋਕ ਨਾ ਆਉਣ ਜਾ ਰਹੇ ਨੇ ਕੋਈ ਕੁਝ ਕਰਾਇਆ ਸੀ ਕਿਸ ਨੂੰ ਪੁੱਛਿਆ ਉਹ ਕਹਿੰਦੇ ਵੀ ਜੇ ਤੁਸੀਂ ਆਉਣਾ ਤੇ ਹੁਣੇ ਆ ਜਾਉ ਬਾਅਦ ਚ ਨਹੀਂ ਮੈਂ ਮਾਸਕ ਲੈ ਕੇ ਗਿਆ ਸੀ ਕੋਈ ਪਛਾਣ ਨਾ ਲਵੇ ਸਾਡੇ ਧਰਮ 'ਚ ਗੱਲਾਂ ਹੈ ਨਹੀਂ ਗੁਰਦੁਆਰਾ ਸਾਹਿਬ ਨੇ ਸਾਨੂੰ ਇਹਨਾਂ ਵਹਿਮਾਂ ਭਰਮਾਂ ਚੋਂ ਕੱਢਿਆ ਹਮ ਲੇਕਿਨ ਜਦੋਂ ਪੂਰੀ ਤਕਲੀਫ ਦੇ ਵਿੱਚ ਆ ਸੀ ਹਰ ਜਗ੍ਹਾ ਜਾ ਜਾ ਦੇਖ ਲਿਆ ਮੈਨੂੰ ਇਹ ਪਤਾ ਕਿ ਜੇ ਮੈਂ ਹੀ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਕਰਦਾ ਉੱਥੇ ਰੋਇਆ ਜਾਂਦਾ ਨਾ ਉੱਥੇ ਮੇਰਾ ਰੋਣਾ ਕਿਉਂ ਨਿਕਲਿਆ ਮੈਨੂੰ ਹਮੇਸ਼ਾ ਮਲਾਲ ਰਹਿਣਾ ਹੈ ਬਾਬੇ ਦੇ ਮੂਹਰੇ ਅਸੀਂ ਕਿਉਂ ਨਹੀਂ ਰੋਏ ਆਪਣੇ ਬਾਪੂ ਕੋਲ ਕਿਉਂ ਨਹੀਂ ਰੋਏ ਬਹੁਤ ਉੱਥੇ ਸਾਡਾ ਬਾਪੂ ਸਾਨੂੰ ਜ਼ਰੂਰ ਕਹਿੰਦਾ ਕਿ ਲੈ ਪੁੱਤ ਤੇਰੇ ਵਾਸਤੇ ਰਸਤੇ ਖੋਲੇ ਸਹੀ ਸਾਨੂੰ ਰੋਣਾ ਨਹੀਂ ਆਉਂਦਾ ਬਿਲਕੁਲ ਸਹੀ ਸਾਨੂੰ ਬਾਬੇ ਤੋਂ ਮੰਗਣਾ ਨਹੀਂ ਆਉਂਦਾ ਹੂੰ ਉੱਥੇ ਅਸੀਂ ਕੁਝ ਬੋਲੇ ਨਹੀਂ ਅਸੀਂ ਦੋਨੋਂ ਬੈਠੇ ਦੋਨੋਂ ਜੀ ਬੈਠੇ ਆ ਮੂੰਹ ਤੇ ਮੇਰੇ ਮਾਸਕ ਲਿਆ ਉਹ ਵੀ ਇਦਾਂ ਬੈਠੀ ਆ ਪਾਟ ਕਰੀ ਜਾਂਦੇ ਆ ਵਾਹਿਗੁਰੂ ਵੇਖਦਾ ਜਾਪ ਚੱਲੀ ਜਾਂਦਾ ਵੀ ਆਪਾਂ ਆਤਾ ਗਿਆ ਯਾਰ ਪਰ ਆਪਣੀ ਜਗ੍ਹਾ ਨਹੀਂ ਹੈ ਹੂੰ ਉੱਥੇ ਬੈਠ ਕੇ ਵੀ ਮਲਾਲ ਸੀ ਮਨ ਦੇ ਵਿੱਚ ਵਾਈਫ ਕਹਿੰਦੀ ਤੁਸੀਂ ਖੁਦ ਕਹਿੰਦੇ ਹੋ ਨੇ ਆਪ ਨੂੰ ਸਾਰੇ ਧਰਮਾਂ ਦੇ ਲੋਕ ਪਿਆਰ ਕਰਦੇ ਨੇ ਤੁਸੀਂ ਸ਼ੌਕਤ ਭਾਜੀ ਨਾਲ ਵੀ ਗਾਇਆ ਹਾਂ ਰਖਾਂ ਜੀ ਉਹ ਤਾਂ ਮੁਸਲਮਾਨ ਸੀ ਜੀ ਡੋਸਰ ਸਾਹਿਬ ਨੇ ਗੁਰਬਾਣੀ ਦੇ ਸ਼ਬਦ ਗਾਇ ਗੁਰੂ ਨਾਨਕ ਪਾਸ਼ਾ ਦੀ ਬਾਣੀ ਗਾਈ ਉਹ ਵੀ ਮੁਸਲਮਾਨ ਸੀ ਹੂੰ ਬڑے hindu ਲੋਕ ਨੇ ਜਿਨ੍ਹਾਂ ਨੇ ਸਾਡੇ ਸਾਡੇ ਗੁਰੂਆਂ ਦੇ ਸ਼ਬਦ ਗਾਏ ਹੂੰ ਫਿਰ ਸਾਨੂੰ ਦੂਜੇ ਧਰਮ ਤਾਂ ਸੀ ਬਣਾਏ ਨੇ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਕਰਮ ਦਿੱਤਾ ਜੀ ਸਭ ਤੋਂ ਵੱਡਾ ਜਿਹੜਾ ਧਰਮ ਹੈ ਉਹ ਹੈ ਕਰਮ ਆਪਾਂ ਕਰਮ ਵੀ ਕਰ ਰਹੇ ਹਾਂ ਰੂਟੀਨ ਤੁਸੀਂ ਸਟੂਡੀਓ ਜਾਂਦੇ ਹੋ ਗਾਣੇ ਬਣਾਉਨੇ ਹੋ ਪੈਸੇ ਨਹੀਂ ਤਾਂ ਵੀ ਲੋਕਾਂ ਕੋਲ ਜਾ ਕੇ ਕਹਿੰਦੇ ਮੈਂ ਗਾਣਾ ਬਣਾਇਆ ਤੁਸੀਂ ਸੁਣੋ ਚੰਗਾ ਲੱਗਦਾ ਜ਼ਰੂਰ ਕਰੋ ਉੱਤਾਂ ਚੱਲੋ ਜੀ ਇੱਥੇ ਵੀ ਆਇਆ ਗੁਰਬਾਣੀ ਕਹਿੰਦੀ ਆ ਕਿ ਉਹਦੇ ਹੁਕਮ ਬਿਨਾ ਪਤਾ ਨਹੀਂ ਹਲਦਾ ਤੇ ਇਹਦਾ ਮਤਲਬ ਉਹਨੇ ਉਹਦਾ ਹੁਕਮ ਹੈ ਇਹ ਨਾ ਸੋਚੋ ਕਿਥੇ ਬੈਠੇ ਆ ਸੋਚੋ ਵਾਇਰਲ ਹੋਇਆ ਇੱਥੇ ਵੀ ਫਿਰ ਤੁਹਾਨੂੰ ਹੀ ਆਵਾਜ਼ ਮਾਰ ਕੇ ਕਿਉਂ ਬੁਲਾਇਆ ਗਿਆ ਤੁਹਾਡੀ ਹੀ ਵੀਡੀਓ ਵਾਇਰਲ ਕਿਉਂ ਹੋਈ ਦੱਸਣ ਲੱਗਿਆ ਉੱਥੇ ਬੜਿਆਂ ਨੂੰ ਆਵਾਜ਼ ਪੈਂਦੀ ਆ ਹੂੰ ਉਹ ਬੰਦਾ ਬੋਲ ਰਿਹਾ ਉੱਥੇ بار-बार ਮੇਰੇ ਕਿਸੇ ਸੇਵਕ ਨੂੰ ਨੰਬਰ ਲੈ ਕੇ ਗੱਲ ਕਰਨ ਦੀ ਟਰਾਈ ਨਾ ਕਰਿਓ ਤੁਹਾਡੀ ਅਰਜ਼ੀ ਨਹੀਂ ਲੱਗਣੀ ਜੀ ਕੋਈ ਸ਼ਿਫਾਰਿਸ਼ ਪਾਉਣ ਦੀ ਟਰਾਈ ਨਾ ਕਰੋ ਤੁਹਾਡੀ ਅਰਜ਼ੀ ਨਹੀਂ ਲੱਗਣੀ ਹੂੰ ਮੈਨੂੰ ਸਦਨ ਇੱਕ ਚੀਜ਼ ਦਾ ਦੇਖਿਆ ਕਿ ਜੇ ਤੁਹਾਡੀ ਸ਼ਰਧਾ ਨਾ ਕਿਸੇ ਚੀਜ਼ ਤੁਹਾਡਾ ਤੁਹਾਡਾ ਤੁਹਾਡੀ ਸ਼ਰਧਾ ਕਿਸੇ ਲਈ ਵੀ ਪੱਕਿਆ ਕਿਸ ਚੀਜ਼ ਲਈ ਕਿ ਮੇਰੇ ਸ਼ਰਧਾ ਕੀ ਸੀ ਕਿ ਮੈਂ ਆਪਣੇ ਕੰਮ ਚ ਮੈਂ ਲੋਕਾਂ ਤੱਕ ਪਹੁੰਚਣਾ ਮੈਨੂੰ ਲੋਕਾਂ ਦਾ ਪਿਆਰ ਚਾਹੀਦਾ ਮੈਂ ਆਪਣੇ ਲੋਕਾਂ ਚ ਵਾਪਸ ਜਾ ਕੇ ਸ਼ੋਅ ਕਰਨੇ ਨੇ ਮੇਰੇ ਮਨ ਚ ਇਹ ਸ਼ਰਧਾ ਸੀ ਹੂੰ ਕਿਵੇਂ ਪਹੁੰਚਣਾ ਕੀ ਕਰਨਾ ਮੈਨੂੰ ਪਤਾ ਨਹੀਂ ਮੇਰਾ ਮਾਲਕ ਜਾਣਦਾ ਉਹ ਜਿੱਦੋਂ ਤੋਰੀ ਜਾਂਦਾ ਮੈਂ ਤੁਰ ਹੀ ਜਾਂਦਾ ਉਹ ਤੋਂ ਬਾਅਦ ਮੈਂ ਅਰਦਾਸ ਕਰ ਰਿਹਾ वाइफ नह हैं तू पाठ कर तू मन की बहुत सच्ची है मेरी वोटिंग इन्नी सच्ची है, है मन दी साडिया सारिया कुड़िया ने ब्याह जो कि जो पैसे मुक् गए भावक ना हो तो उन्हें अब दे सारे गहने देते दे कुं ਟਾਈਮ ਆਇਆ ਬੱਚਿਆਂ ਦੀ ਫੀਸ ਲਈ ਪੈਸੇ ਵੀ ਆ ਨਹੀਂ ਸਭ ਲਈ ਕੀਤਾ ਆ ਕੀ ਹੋ ਗਿਆ ਉਹ ਸਿਸਟਮ ਸਮਝ ਨਹੀਂ ਲੱਗਦਾ ਸੀ ਉਹ ਹੂੰ ਜਦੋਂ ਉਹ ਮੈਂ ਕਦੇ ਵੀ ਨਹੀਂ ਰੋਇਆ ਮੈਂ ਤਾਂ ਹੁਣ ਇਹ ਪਤਾ ਨਹੀਂ ਕਦ ਤੱਕ ਕੰਟਰੋਲ ਹੋਣਾ ਨਹੀਂ ਹੈ ਉੱਥੇ ਬੈਠੇ ਜਦੋਂ ਜਦੋਂ ਮੈਂ ਮਨਸ ਕੇਹ ਰਿਹਾ ਮੈਂ ਕਿਹਾ ਵੀ ਵਾਈਗਰੂ ਇਹ ਬੰਦਾ ਸਾਰਾ ਕੁਝ ਜਾਣਦਾ ਨਾ ਇਹ ਫਕੀਰਾ ਕੋਈ ਇਹ ਮੇਰੀ ਵਾਟ ਹੀ ਨੂੰ ਆਵਾਜ਼ ਮਾਰੀ ਮੈਂ ਇਹਦੇ ਨਾਲ ਜਾਮਾ ਹੂੰ ਜੇ ਮੈਨੂੰ ਆਵਾਜ਼ ਮਾਰੀ ਸ਼ਾਇਦ ਇਹਨਾਂ ਲੱਗੇ ਕਿ ਮੇਰੀ ਕਿਸੇ ਨੂੰ ਪਛਾਣਣਾ ਕਿ ਤਾਂ ਆਵਾਜ਼ ਪੈ ਗਈ ਮੈਨੂੰ ਮੇਰਾ ਜਦ ਕਿ ਪਤਾ ਨਹੀਂ ਮੇਰਾ ਮਾਸਕ ਲੱਗ ਗਿਆ ਪਛਾਣ ਕੇ ਮੈਨੂੰ ਪਛਾਣ ਕੇ ਆਵਾਜ਼ ਮਾਰੇ ਬਾਅਦ ਸੰਜੋਤ ਨੇ ਆਵਾਜ਼ ਮਾਰਿਆ 10 ਬੰਦਿਆਂ ਤੋਂ ਬਾਅਦ ਉਹ ਬਹਿਨ ਜੋ ਬੈਠੀ ਹੈ ਦੁਪੱਟਾ ਉਹਦੇ ਜੋ ਵੀ ਬੋਲਿਆ ਉਹ ਉੱਠ ਕੇ ਤੁਰ ਪਈ ਹੂੰ मैं बैठा एक सिक्योरिटी वोदा आया सिव कोई भाई साहब आप उनके साथ हो ना आप मैं जी मैं उनका पति हूँ आप भी जाइए ना उसे बताओ बहन क्या प्रॉब्लम है इन, इनका काम नहीं चल रहा ओनू नहीं पता बोलना क्या जा हरिओम जी हुँ। जी हरिओम उन्होंने लगे भी शायद इतने हरिओम कहें क्योंकि अपने धर्म का पता वाह सत्या बोलते हैं कि बोलते हैं ਨਹੀਂ ਦੂਜੇ ਦਾ ਪਤਾ ਕੁਛ ਮਰਜੀ ਆ ਰਿਹਾ ਹਾਂ ਜੀ ਉਹ ਉਹਨੇ ਬੋਲਿਆ ਪਤਾਓ ਉਹਨੇ ਗੱਲਾਂ ਬੋਲੀਆਂ ਅਲੀ ਨੇ ਬੋਲਿਆ ਕਿ ਇਨਕਾ ਕੰਮ ਮੈਂ ਕਿਹਾ ਮਰਜੀ ਕੰਮ ਨਹੀਂ ਚੱਲ ਰਹਾ ਕਰਜ਼ਾ ਬਹੁਤ ਹੈ ਹਮ ਮੈਂ ਦੇ ਬੋਲਿਆ ਕਿਉਂਕਿ ਮੈਨੂੰ ਉਹ ਬੰਦਾ ਬੰਦਾ ਨਹੀਂ ਮੈਨੂੰ ਉਸ ਟਾਈਮ ਉਹ ਵੀ ਰੱਬ ਦਾ ਰੂਪ ਲੱਗਦਾ ਸੀ ਕਿ ਮੈਂ ਇਹਦੇ ਕੋਲ ਜੇ ਆਇਆ ਫਰਿਆਦ ਲੈ ਕੇ ਵੀ ਇਹ ਚ ਵੀ ਰੱਬ ਹੈ ਹਮ ਰੱਬ ਇਨਸਾਨਾਂ ਚ ਵਸਦਾ ਜੇ ਇਹਨੇ ਤਕਲੀਫ ਸੁਣ ਲਈ ਸ਼ਾਇਦ ਮੇਰੀ ਵਾਇਗਰ ਕੋਲੇ ਇਹ ਅਰਦਾਸ ਲਾ ਦੇਵੇ ਸ਼ਾਇਦ ਇਹਦੀ ਸੁਣਦਾ ਵਾਇਗਰ ਮੈਨੂੰ ਨਹੀਂ ਫੀਲ ਹੋਇਆ ਕਿਉਂਕਿ ਬੜੇ ਉੱਤੇ ਲੋਕ ਵੀ ਦੁਖੀ ਤਾਂ ਆਪਾਂ ਹਸਪੀਟਲ ਜਾ ਉੱਥੇ ਵੀ ਬੜੇ ਦੁਖੀ ਨੇ ਜੀ ਮੰਦਰਾਂ ਮਸੀਦਾਂ ਜਾ ਉੱਥੇ ਵੀ ਬੜੇ ਦੁਖੀ ਨੇ ਗੁਰਦਵਾਰਿਆਂ ਜਾਂ ਉੱਥੇ ਬੜੇ ਦੁਖੀ ਅਰਦਾਸਾਂ ਲੱਕੇ ਜਾਂਦੇ ਨੇ ਬਿਲਕੁਲ ਕਰ ਦਿੱਤਾ ਸੀ ਅਰਦਾਸ ਹੀ ਹੈ ਨਾ ਬੇਨਤੀ ਕਰਦੇ ਆ ਸ਼ਾਇਦ ਉਹਦੇ ਕਿਸੇ ਬੰਦੇ ਦੇ ਰਾਹੀਂ ਸਾਡੀ ਕੋਈ ਕਈ ਵਾਰ ਫਕਰ ਕੋਈ ਮਿਲ ਜਾਂਦਾ ਜਾਂ ਪੁੱਤ ਬਲਾ ਤੇਰਾ ਭਲਾ ਹੋਵੇ ਹੂੰ ਕਈ ਵਾਰ ਸਾਡਾ ਕੋਈ ਮਰੀਜ਼ ਪਿਆ ਕੋਈ ਦਵਾਈ ਨ ਲੱਗਦੀ ਹੁੰਦੀ ਸਾਨੂੰ ਕਹਿੰਦਾ ਜਾਂ ਪੁੱਤ ਤੂੰ ਆ ਦਾਨ ਕਰ ਤੇਰਾ ਪਿਓ ਠੀਕ ਹੋਜੂ ਤੇਰੀ ਮਾਂ ਠੀਕ ਹੋਜੂ ਭੱਜ ਭੱਜ ਜਾਂਦੇ ਆ ਸੀ ਜਦੋਂ ਨਹੀਂ ਸਮਝਦੇ ਸੀ ਕਿ ਅਸੀਂ ਸਿੱਖਾ ਸੀਗਾ ਸੰ ਲੱਗਦਾ ਨਹੀਂ ਸਾਡਾ ਪਿਓ ਠੀਕ ਹੋਣਾ ਚਾਹੀਦਾ ਬਿਲਕੁਲ ਅਸੀਂ ਆਪਣੇ ਮਾਪਿਆਂ ਲਈ ਪਹਿਣਾ ਪਰਾਵਾਂ ਲਈ ਕਰਦੇ ਹਾਂ ਜਦੋਂ ਆ ਦੋ ਗੱਲਾਂ ਬੋਲੀਆਂ ਆਲੇ ਉਹ ਲਿਖ ਰਿਹਾ ਉੱਥੇ ਮੈਨੂੰ ਵੀ ਇਹ ਲੱਗਿਆ ਮੈਂ ਕਿ ਜੋ ਬੋਲ ਰਿਹਾ ਲਿਖ ਰਿਹਾ ਹੂੰ ਮੈਂ ਤਾਂ ਚੁੱਪ ਕਰ ਗਿਆ ਔਰ ਬਤਾਓ ਮੈਂ ਕਿ ਮੇਰੇ ਜੀ ਬਸ ਸੁਣੋ ਆਹ ਪ੍ਰੋਬਲਮ ਹੈ ਆਹ ਪ੍ਰੋਬਲਮ ਹੈ ਆਪ ਗਾਇਕੀ ਦਾ ਕੰਮ ਕਰਦੇ ਹੋ ਹੂੰ ਮੈਂ ਨਹੀਂ ਦੱਸਿਆ आप से शो करते हो काम बांध दिया गया है आपकी किसी बंदे के द्वारा बांधा आ गया जो बोल लिया मैं महाराज मैंने तो किसी का बुरा नहीं किया कभी आपने नहीं किया उनको लगा था कि अगर ये रहा मेरा बुरा हो जाएगा मैं साइड पे साइड तक तो बोलने लग गया उन्होंने माइक पर करता कुछ बोल लिया दो मैं मैनू पता नहीं लग मैं तो रोया कदों गया ਮੈਂ ਉਸ ਤਾਂ ਮੰਨ ਨਹੀਂ ਪਤਾ ਚੱਲ ਛੋੜ ਤੂੰ ਇਹ ਮੇਰਾ ਕੰਮ ਹੈ ਤੂੰ ਸ਼ਬਦ ਗਾਣਾ ਸੁਣਾ ਕੋਈ ਗਾਣਾ ਬਹੁਤ ਮੇ ਤਾਂ ਮੂੰਹ ਚ ਬੋਲ ਨਹੀਂ ਨਿਕਲਦਾ ਸੀ ਅਚਾਨਕ ਜਿਵੇਂ ਆਪਾਂ ਕੋਈ ਬੇਨਤੀ ਕਰਦੇ ਆਂ ਅਰਦਾਸ ਕਰਦੇ ਆਂ ਮੈਂ ਵਾਹਿਗੁਰੂ ਅੱਗੇ ਆਪਣੇ ਵੱਲੋਂ ਆਪਣੇ ਵਾਹਿਗੁਰੂ ਅੱਗੇ ਉਹ ਗਾਣਾ ਬੋਲਿਆ ਤੇਰੀ ਨਜ਼ਰ ਸਵੱਲੀ ਤੇਰੀ ਨਜ਼ਰ ਸਵੱਲੀ ਮੇਰਾ ਆਪਣੀ ਆਡੀਅנס ਵਾਲ ਨੂੰ ਮੂਸੀ ਜਿਹੜੇ ਲੋਕ ਬੈਠੇ ਸੀ ਮੈਨੂੰ ਲੱਗਦਾ ਸਾਰੇ ਰੱਬ ਦਾ ਰੂਪ ਬੈਠੇ ਨੇ ਜੇ ਮੇਰਾ ਇੱਥੋਂ ਕਾਰੋਬਾਰ ਸ਼ੁਰੂ ਹੁੰਦਾ ਉਤਵਾ ਜਾ ਸਾਰੇ ਕੰਮ ਟੀਕਾ ਆਪ ਆਜ ਕੇ ਬਾਦ ਆਪ ਕਿਸ ਚੀਜ਼ੂ ਬਾਹਰ ਸਭ ਜਗ੍ਹਾ ਲੱਗੇਗੇ ਜੋ ਬੋਲੇ ਸਭ ਨੂੰ ਪਤਾ ਹੈ ਉਹ ਤੋਂ ਬਾਦ ਮੇਰੇ ਮਨ ਚ ਐਦਾਂ ਦੀ ਪੋਜ਼ਿਟਿਵਿਟੀ ਆ ਗਈ ਕਿ ਮੇਰਾ ਤਾਂ ਕੰਮ ਹੋ ਗਿਆ ਹੂੰ ਜੋ ਵੀ ਗੱਲਾਂ ਹੋਈਆਂ ਪਰ ਸਾਨੂੰ ਇਹ ਲੱਗਾ ਸੀ ਵੀ ਤੁਹਾਡਾ ਕੰਮ ਵੈਸੇ ਹੀ ਹੋ ਗਿਆ ਕਿਉਂਕਿ 2-3 ਘੰਟੇ ਤੁਹਾਡੀ ਖਿਲਾਫਤ ਬਹੁਤ ਵੱਡੇ ਪੱਧਰ ਤੇ ਹੋਈ ਹੈ ਮੈਨੂੰ ਅਸੀਂ ਅਸੀਂ ਬਹੁਤ ਰੋਏ ਅਸੀਂ ਬਹੁਤ ਕੁਝ ਪੋਸਟ ਕੀਤਾ ਅਸੀਂ ਆਪਾਂ ਚ ਬਹੁਤ ਰੋਏ ਕਿ ਆਪਾਂ ਤੋਂ ਗਲਤੀ ਹੋ ਗਈ ਆਪਾਂ ਗਲਤ ਜਗ੍ਹਾ ਕਿਉਂ ਗਏ ਆਪਣੇ ਆਪਣਾ ਦਰ ਛੱਡ ਕੇ ਬਾਪੂ ਨੂੰ ਛੱਡ ਕੇ ਕਿਉਂ ਕਿਤੇ ਗਏ ਥੋੜੇ ਟਾਈਮ ਬਾਅਦ ਸਾਰਾ ਕੁਝ ਸਿੱਧਾ ਹੋਣ ਲੱਗ ਗਿਆ ਮੇਰੀ ਵਾਟੀ ਨੇ ਮਨ ਉਦੋਂ ਵੀ ਕਿਹਾ ਕਹਿੰਦੀ ਵਾਹਿਗੁਰੂ ਪਰਮਾਤਮਾ ਕਿਸੇ ਚੋ ਵੀ ਸਾਨੂੰ ਮਿਲ ਸਕਦਾ ਜਿਹੜੀ ਸਾਡੀ ਅੰਦਰ ਆਤਮਾ ਜਦੋਂ ਅਰਦਾਸ ਕਰਦੀ ਹੈ ਨਾ ਅੰਦਰੋਂ ਬੋਲਦੀ ਹੈ ਜਦੋਂ ਅਸੀਂ ਫਿਰ ਵਾਹਿਗੁਰੂ ਸੁਣਦਾ ਸਾਡੀ ਮੈਨੂੰ ਲੱਗਾ ਸਾਡੀ ਸੁਣੀ ਜਾਂਦੀ ਹੈ ਟੈਨਸ਼ਨ ਨਾ ਲਓ ਲੋਕ ਨੇ ਬੋਲ ਦਿੰਦੇ ਨੇ ਮੈਂ ਕਿਹਾ ਨਹੀਂ ਗਲਤ ਗਲਤ ਹੋ ਗਿਆ ਘੰਟਾ ਲੱਗਿਆ ਇੱਕ ਘੰਟੇ ਬਾਅਦ ਉਹ ਸਾਰਾ ਕੁਝ ਉਲਟਾ ਹੋਣਾ ਸ਼ੁਰੂ ਹੋ ਗਿਆ सारे मीडिया दबर चेंज हो गई बारले दोस्त दस दिन टिकटॉक चेंज हो गए डिलीट मार मार के दोबारा सब चीज़ा आईया क्योंकि लोगों समझ लग गई वो जरिया बने मेरा वो सारे फकीर लोग जो भी उठे जिन्ने उत्थे लोग दर्शन करने लिये जो बैठे से उन्होंने भी रब बसता क्योंकि वही आस्था लेके आए थ जिते इन्नी आस्था होागुरू अरदस सुन दिया किसी किसी की मेरी सुनी गई वापस आए थोड़े टाइम बादसा पलटिया पूरी दुनिया फोन आन लग गए ਉਹ ਤੋਂ ਬਾਅਦ ਤਾਂ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਹੋ ਕੀ ਰਿਹਾ ਪਰ ਤੋੜ ਟੇਮ ਵਾਸ ਅਨੂੰ ਇਹ ਸਮਝ ਲੱਗੀ ਕਿ ਸਾਡੇ ਚਾਹਣ ਵਾਲਿਆਂ ਨੂੰ ਜਦੋਂ ਸਾਡਾ ਦਰਦ ਪਤਾ ਲੱਗਦਾ ਨਾ ਕਿਉਂਕਿ ਸਾਡੀ ਕਈ ਵਾਰ ਗੱਲ ਲੋਕਾਂ ਤੱਕ ਪਹੁੰਚਦੀ ਹੋਣੀ ਸਾਡੇ ਗਾਣੇ ਪਹੁੰਚਾਉਣ ਲਈ ਆ ਸੋਸ਼ਲ ਮੀਡੀਆ ਉਹਦੀ ਐਡਵਰਟਾਈਜ਼ਮੈਂਟ ਉਹਦੇ ਲਈ ਕਿੰਨਾ ਕੁਝ ਕਰਨਾ ਪੈਂਦਾ ਜੀ ਪਰ ਜਦੋਂ ਇਹ ਸਾਰਾ ਕੁਝ ਹੋਇਆ ਸੋਸ਼ਲ ਮੀਡੀਆ ਦੇ ਉੱਪਰ 네ਗੇਟਿਵਿਟੀ ਜਦੋਂ ਫੈਲਣੀ ਸ਼ੁਰੂ ਹੋਈ ਜਦੋਂ ਲੋਕਾਂ ਨੇ ਤੁਹਾਨੂੰ ਮੰਦਾ ਚੰਗਾ ਬੋਲਿਆ ਤੁਹਾਨੂੰ ਉਦੋਂ ਵੀ ਫੋਨ ਕਾਲਸ ਆਏ ਵੀ ਨਿਕਵਾ ਕੀ ਕੰਮ ਕਰ ਦਿੱਤਾ ਇਹ ਉਮੀਦ ਨਹੀਂ ਸੀ ਮੈਂ 2 ਘੰਟੇ ਫੋਨ ਟੋਟਲੀ ਬੰਦ ਕਰਤੇ ਸੀ ਲੋਕ ਬੋਲਣਗੇ ਦਰ ਨਹੀਂ ਮੈਨੂੰ ਐਸਾ ਪਤਾ ਹੁਣ ਲੋਕ ਬੋਲਣਗੇ ਜਿਹੜੇ ਲੋਕ ਸਾਨੂੰ ਪਿਆਰ ਕਰਦੇ ਨੇ ਸਾਡੀ ਗਲਤੀ ਤੇ ਸਾਨੂੰ ਬੋਲਣ ਦਾ ਵੀ ਉਹਨਾਂ ਨੂੰ ਪੂਰਾ ਹੱਕ ਹੈ ਮੈਨੂੰ ਪਤਾ ਸੀ ਬੋਲਣਗੇ ਮੈਨੂੰ ਐ ਸੀ ਕੋਈ ਗੱਲ ਨਹੀਂ ਜਿੰਨਾ ਬੋਲ ਸਕਦੇ ਬੋਲਣ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਲੱਗਦਾ ਮੈਂ ਗਲਤੀ ਕੀਤੀ ਤੇ ਬੋਲਣ ਦਿਓ ਪਰ ਉਹ ਤੋਂ ਬਾਅਦ ਲੋਕਾਂ ਨੂੰ ਇਹ ਸਮਝ ਜ਼ਰੂਰ ਲੱਗੀ ਕਿ ਇਹ ਬੰਦਾ ਦਿਲੋਂ ਅੱਛਾ ਹੈ ਜੇ ਉੱਥੇ ਜਾ ਕੇ ਰੋਇਆ ਇਹਦਾ ਮਤਲਬ ਅਸੀਂ ਇਹਦੀ ਗੱਲ ਨਹੀਂ ਸੁਣੀ ਹੂੰ ਇਹਦਾ ਦਰਦ ਸਾਨੂੰ ਮਹਿਸੂਸ ਨਹੀਂ ਹੋਇਆ ਉਹ ਐਦਾਂ ਉੱਠ ਕੇ ਤੁਰ ਪਏ ਹੁਣ ਉਹ ਤੋਂ ਬਾਅਦ ਤਾਂ ਮੈਨੂੰ ਇਹ ਨਹੀਂ ਸਮਝਣ ਲੱਗਦੀ ਜਦੋਂ ਬਾਹਰਲੇ ਸ਼ੋਜ਼ ਲਈ ਫੋਨ ਆਉਂਦੇ ਨੇ ਉਹ ਇਹ ਨਹੀਂ ਕਹਿੰਦੇ ਅਸੀਂ ਸ਼ੋਅ ਕਰਨੇ ਆ ਕਹਿੰਦੇ ਬਾਈ ਜੀ ਇਹ ਇਹ ਜਿਹੜੀ ਸੇਵਾ ਦਾ ਮੌਕਾ ਸਾਨੂੰ ਦੇ ਦਿਓ ਇਹ ਅਸੀਂ ਭਰਾਵਾਂ ਨੇ ਮਿਲ ਕੇ ਕਰਨੀ ਆ ਹੂੰ ਇਹ ਪੰਜਾਬੀਆਂ ਦਾ ਕੈਸਾ ਪਿਆਰ ਆ ਜਿਹੜਾ ਮੇਰੇ ਲਈ ਐਦਾਂ ਉਮੜ ਕੇ ਆਇਆ ਕੋਈ ਮੇਰਾ ਪਰਾਤਨ ਕਰਮ ਮੇਰਾ ਕੀਤਾ ਜਾਂ ਮੇਰੇ ਪਰਿਵਾਰ ਦਾ ਕੀਤਾ ਹੋਇਆ ਜੀ ਜਿਨੇ ਆ ਕੇ ਸਾਰੇ ਮੇਰੇ ਕਰਮ ਵੀ ਚੇਂਜ ਕਰਤੇ ਪਸੇ ਬਲਦਾਰ ਚੀਜ਼ ਦਾ ਹਮ ਐਂਡ ਦੁਨੀਆ ਦੀ ਕਿਹੜੀ ਜਗਾ ਜਿੱਥੋਂ ਫੋਨ ਨਹੀਂ ਆ ਰਹੇ ਕਿਹੜੇ ਧਰਮ ਦੇ ਲੋਕ ਨੇ ਜਿਨ੍ਹਾਂ ਦਾ ਫੋਨ ਨਹੀਂ ਆ ਰਹਾ ਹੁਣ ਮੈਨੂੰ ਤੁਸੀਂ ਆਪ ਦੱਸੋ ਜਿੱਥੇ ਮੈਂ ਜਾਇਆ ਹਾਂ ਤਾਂ ਜਾਇਆ ਹਾਂ ਜੀ ਜਿਹੜੇ ਉਹ ਲੋਕ ਫੋਨ ਕਰਦੇ ਨੇ ਹੁਣ ਮੁਸਲਮਾਨ ਫੋਨ ਕਰਦੇ ਨੇ ਅੱਲਾਹ ਆ ਆਪਕੇ ਲਈ ਇਹ ਕਰੇ ਅੱਲਾਹ ਆਪਕੇ ਜਦੋਂ ਬੋਲਦੇ ਨੇ ਉਹਨਾਂ ਦੀ ਭਾਸ਼ਾ ਤੋਂ ਪਤਾ ਲੱਗਦਾ ਕਿ ਮੁਸਲਮਾਨ ਬੰਦਾ ਜੀ ਕੋਈ ਹਿੰਦੂ ਭਰਾ ਫੋਨ ਕਰਦਾ ਜੈ ਮਾਤਾ ਦੀ ਨਿਕੁ ਜੀ ਮਾਤਾ ਤੁਹਾਡਾ ਭਲਾ ਕਰੇ ਕੋਈ ਪੋਲੇ ਸ਼ੰਕਰ ਦਾ ਕੋਈ ਕ੍ਰਿਸ਼ਨ ਦਾ ਕੋਈ ਸਿੱਖ ਫੈਮਿਲੀ ਚੋ ਕਿ ਤੂੰ ਪਤਾ ਨਹੀਂ ਕਿਤੋਂ ਕਿਤੋਂ ਫੋਨ ਕਰਦੇ ਨੇ ਹੁਣ ਜੇ ਇੰਨੇ ਲੋਕ ਮੈਨੂੰ ਫੋਨ ਕਰਦੇ ਨੇ ਕਿ ਮੇਰਾ ਨਹੀਂ ਫਰਜ ਉਹਨਾਂ ਸਾਰਿਆਂ ਲਈ ਮਗਾਵਾ ਬਿਲਕੁਲ ਬਿਲਕੁਲ ਸਹੀ ਹੈ ਜੇ ਹੁਣ ਇੱਕ ਸਰਦਾਰ ਬੰਦਾ ਹੋ ਕੇ ਸਿੱਖ ਬੰਦਾ ਹੋ ਕੇ ਸਿਰ ਤੇ ਪੱਗ ਬਨ ਕੇ ਜੇ ਉਹਨਾਂ ਦੇ ਧਰਮ ਦੇ ਦੇਵੀ ਦੇਵਤੇ ਦੀ ਕਿਤੇ ਕੋਈ ਗਾਣਾ ਬਣਾ ਕੇ ਗਾ ਦੂ ਇਹ ਚ ਕੀ ਪ੍ਰੋਬਲਮ ਹੈ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਨਾ ਸੋ ਮੈਨ ਲੱਗਦਾ ਕਿ ਰੱਬ ਇਨਸਾਨਾਂ ਚ ਵੱਸਦਾ ਹੈ ਹੂੰ ਇਨਸਾਨ ਦੀ ਫੀਲਿੰਗ ਜਿਹਦੇ ਨਾਲ ਵੀ ਜੁੜੀ ਹੈ ਉਹ ਜਿੱਥੇ ਵੀ ਅਟੈਚ ਨੇ ਕਿਸੇ ਮੰਦਿਰ ਮਸਜਿਦ ਅਟੈਚ ਨੇ ਕਿਸੇ ਕ੍ਰਿਸ਼ਨ ਜੀ ਨਾਲ ਅਟੈਚ ਨੇ ਜਿਹਦੇ ਨਾਲ ਵੀ ਅਟੈਚ ਨੇ ਸਿੱਖ ਧਰਮ ਨਾਲ ਅਟੈਚ ਨੇ ਸਾਨੂੰ ਸਭ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਇਹ ਕਹਿਣਾ ਚਾਹੀਦਾ ਉਹ ਮੁਸਲਮਾਨ ਕਿਉਂ ਉਹ ਇਦਾਂ ਬੋਲਿਆ ਹਿੰਦੂ ਕਿਉਂ ਬੋਲਿਆ ਸਾਨੂੰ ਇਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੀਦਾ ਜਿਹੜੀ ਤੁਹਾਡੀ ਇੱਕ ਆਡੀਅנס ਨੂੰ ਮੈਂ ਸੱਚੀ ਕਹਿਣਾ ਕਹਿੰਦਾ ਸੌਰੀ ਕਿ ਆਰਟਿਸਟ ਨੂੰ ਆਰਟਿਸਟ ਰੱਖ ਦਿਓ ਕੋਈ ਤਾਂ ਬੰਦਾ ਐਸਾ ਰਖ ਲਓ ਜਿਹੜੇ ਸਾਰੇ ਧਰਮਾਂ ਦੀ ਸਾਂਝੀ ਗੱਲ ਕਰੇ ਵਾਹ ਜਿਹੜਾ ਸਾਰਿਆਂ ਨੂੰ ਜੋੜ ਕੇ ਰੱਖੇ ਕਿਸੇ ਨੂੰ ਇੱਕ ਨੂੰ ਰੱਖ ਲੋ ਇੱਕ ਇੱਕ ਬੰਦਾ ਸਿਰਫ ਆਰਟਿਸਟ ਕੈਟਾਗਰੀ ਐਸੀ ਛੱਡ ਦੋ ਜਿਹੜਾ ਹਰ ਹਰ ਧਰਮ ਲਈ ਗਾਵੇ ਤੇ ਹਰ ਬੰਦੇ ਨੂੰ ਪਿਆਰ ਕਰੇ ਤੇ ਹਰ ਬੰਦੇ ਉਸ ਨੂੰ ਪਿਆਰ ਕਰ ਸਕੇ ਬਹੁਤ ਹੋ ਇੱਥੇ ਲੋਕਾਂ ਚ ਬਿਤਕਰਾ ਨਾ ਰਹੇ ਕਿ ਸਿੱਖਾ ਮੈਂ ਇਹਦੇ ਸ਼ੋਅ ਤੇ ਨਹੀਂ ਜਾਣਾ ਬਿਲਕੁਲ ਮੈਨੂੰ ਜਿੰਨੇ ਸ਼ੋਅ ਤੋਂ ਆਏ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਮੁਸਲਮਾਨਾਂ ਦੇ ਹਿੰਦੂਆਂ ਦੇ ਭਾਈ ਅਸੀਂ ਸ਼ੋਅ ਕਰਾਂਗੇ ਹੂੰ

ਪਾਪ ਕਰਾਉਂ ਮਤ ਕਰੀ ਕਰਨ ਨੂੰ ਕਿਉਂ ਨਹੀਂ ਹਟਦੇ ਇਹ ਇਹ ਸਾਡੇ ਸੁਭਾਅ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਔਗੜਾ ਸਾਡੇ ਸੁਭਾਅ ਦੇ ਕਿਸੇ ਦੇ ਬਾਰੇ ਵੀ ਕੋਈ ਵੀ ਟਿੱਪਣੀ ਕਰ ਦਿੰਦੇ ਆ ਬੰਦਾ ਤਪਿਆ ਹੋਇਆ ਮੈਂ ਨਹੀਂ ਕਹਿੰਦਾ ਵੀ ਡੇਰਿਆਂ ਤੇ ਜਾਓ ਮੈਂ ਕਦੇ ਨਹੀਂ ਗਿਆ ਮੈਂ ਵੀ ਨਹੀਂ ਕਹਿੰਦਾ ਡੇਰਾਬਾਦ ਦਾ ਟੋਟਲੀ ਤੁਸੀਂ ਵਿਰੋਧ ਕਰੋ ਮੈਨੂੰ ਕੋਈ ਟੈਨਸ਼ਨ ਨਹੀਂ ਲੇਕਿਨ ਇਨਸਾਨਾਂ ਦੀ ਤਾਂ ਕਦਰ ਕਰ ਲੋ ਬਿਲਕੁਲ ਜੇ ਕੋਈ ਬੰਦਾ ਕਿਸੇ ਦੇ ਕਰਮੋਂ ਕੰਮ ਆਉਂਦਾ ਨਾ ਉਹ ਬੰਦਾ 4 ਲੱਖ ਬੰਦੇ ਦਾ ਘਟ ਉਹਨਾਂ ਨੂੰ ਰੋਜ਼ ਲੰਗਰ ਚਲਾ ਰਿਆ ਲੋਕਾਂ ਨੂੰ ਕਹਿੰਦਾ ਤੇਰੀ ਤਕਲੀਫ 10 ਮੈਂ ਠੀਕ ਕਰਦਾ ਬੇਸ਼ੱਕ ਲੋਕਾਂ ਦੀ ਭਾਵਨਾ ਨਾਲ ਹੀ ਠੀਕ ਹੋ ਰਿਹਾ ਬੰਦਾ ਉਸ ਬੰਦੇ ਚ ਕੋਈ ਕਲਾ ਨਹੀਂ ਹੈਗੀ ਸਪੋਜ਼ ਕਰੋ ਉਸ ਬੰਦੇ ਚ ਕੋਈ ਕਲਾ ਨਹੀਂ ਸਪੋਜ਼ ਕਰੋ ਲੇਕਿਨ ਬੰਦੇ ਦੀ ਜੇ ਭਾਵਨਾ ਕਰਕੇ ਬੰਦਾ ਠੀਕ ਹੋ ਗਿਆ ਤਾਂ ਉਹਨੂੰ ਕੀ ਪ੍ਰੋਬਲਮ ਹੈ ਅੱਜ ਪੂਰੀ ਦੁਨੀਆ ਨਾਲ ਖੜੀ ਹੈ ਉਹ ਚ ਹੈ ਤਾਂ ਸਾਡੀ ਭਾਵਨਾ ਤੁਹਾਡਾ ਪਿਆਰ ਹੈ ਜਿਹੜਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਅੱਜ ਚਾਹੀਦਾ ਤਾਂ ਮੈਨੂੰ ਇਹੀ ਹੈ ਤੁਸੀਂ ਮੈਨੂੰ ਜਿੱਥੇ ਮਰਜ਼ੀ ਬਿਠਾ ਕੇ ਦੇ ਦਿਓ ਇਹ ਇੱਧਰ ਜਾ ਕੇ ਦੇ ਦਿਓ ਉੱਥੇ ਜਾ ਕੇ ਦੇ ਦਿਓ ਪਰ ਭਾਈ ਜੀ ਮੇਰਾ ਇੱਕ ਹੋਰ ਸਵਾਲ ਹੈ ਵੀ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਆ ਜੀ ਲੋਕਾਂ ਦਾ ਸਵਾਲ ਵੀ ਅਸਲ ਦੇ ਵਿੱਚ ਵੀ ਇਹ ਸਾਰਿਆਂ ਦੀ ਬਣਦੀ ਆ ਉਹ ਲਾਈਵ ਚੱਲਦੀ ਸੀ ਮਿੱਠੇ ਬਣਾਈ ਐ ਐਕਚੁਅਲੀ ਐਕਚੁਅਲੀ ਉਹ ਜਿਹੜੇ ਲੋਕ ਇਹ ਗੱਲ ਕਹਿੰਦੇ ਵੀ ਜਿੰਨਾਂ ਕੋਲੇ ਤੁਸੀਂ ਗਾਏ ਆ ਉਹਨਾਂ ਨੇ ਇੰਦਰਜੀਤ ਨਿੱਕੂ ਦੇ ਨਾਂ ਦਾ ਫਾਇਦਾ ਘਟਿਆ ਅੱਜ ਕੱਲ ਪੰਜਾਬ ਦੇ ਵਿੱਚ ਵੀ ਇਹੋੜੀ ਚਰਚਾ ਚੱਲ ਪਈ ਪਹਿਲਾਂ ਜਾਣਦਾ ਕੋਈ ਨਹੀਂ ਸੀ ਕੁਝ ਕੁ ਲੋਕੇ ਕਹਿੰਦੇ ਕਿ ਇਹ ਇੱਕ ਤਰੀਕਾ ਅਪਣਾਇਆ ਆਪਾਂ ਭਰਾ ਜੀ ਮੈਂ ਕਿਸੇ ਵੀ ਚੈਨਲ ਲਈ ਨਹੀਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਚੀਜ਼ ਨੂੰ ਇਦਾਂ ਪ੍ਰਮੋਟ ਕਰੀਏ ਕਿਸੇ ਡੇਰਾਬਾਦ ਨੂੰ ਜਾਂ ਕਿਸੇ ਸੰਤ ਨੂੰ ਜਾਂ ਇਦਾਂ ਕਿਸੇ ਵੀ ਬੰਦੇ ਨੂੰ ਕਿਉਂਕਿ ਅਸੀਂ ਜਿਹੜੇ ਧਰਮ ਚ ਸਾਨੂੰ ਸਿਖਾਇਆ ਗਿਆ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੁਝ ਨਹੀਂ ਸਾਰੇ ਧਰਮਾਂ ਦਾ ਸਮੇਲ ਹੈ ਸਾਂਝਾ ਗ੍ਰੰਥ ਹੈ ਹਮ ਲੇਕਿਨ ਸਾਨੂੰ ਕਿਸੇ ਲਈ ਕੋਈ ਬੁਰਾ ਸ਼ਬਦ ਨਹੀਂ ਬੋਲਣਾ ਚਾਹੀਦਾ ਸਾਡੀ ਆਸਥਾ ਹਰ ਬੰਦੇ ਦੀ ਜੇ ਅਸੀਂ ਆਜ਼ਾਦ ਮੁਲਕ ਚ ਰਹਨੇ ਆ ਸਾਨੂੰ ਬਚਪਨ ਤੋਂ ਇੱਕ ਧਰਮ ਦੇ ਵਿੱਚ ਪਾਲਿਆ ਗਿਆ ਸਿਖਾਇਆ ਗਿਆ ਕਿ ਆ ਸਾਡੇ ਗੁਰੂ ਨੇ ਜੇ ਸਾਡੇ ਗੁਰੂਆਂ ਦੀ ਸਿੱਖਿਆ ਸਾਨੂੰ ਦਿੱਤੀ ਜਾਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸਾਰੇ ਧਰਮ ਸਾਂਝੇ ਨੇ ਪਵਣ ਗੁਰੂ ਪਾਣੀ ਪਤਾ ਪਾਣੀ ਦੀ ਕਦਰ ਕਰੋ ਹਵਾ ਦੀ ਕਦਰ ਕਰੋ ਅਸੀਂ ਤਾਂ ਉਹ ਵੀ ਗੰਦਲੇ ਕਰ ਲਏ ਹਮ ਅਸੀਂ ਤਾਂ ਜਗਾ ਜਗਾ ਕਸੂਰ ਵਾਰਾਂ ਮੈਂ ਤਾਂ ਅੱਜ ਇੱਕ ਗਲਤੀ ਕੀਤੀ ਆ ਸਾਡੇ ਨਾਲ ਦੇ ਸਾਰੀ ਸਾਰੀ ਮਨੁੱਖਤਾ ਪਤਾ ਨਹੀਂ ਕੱਦੀਆਂ ਗਲਤੀਆਂ ਕਰਦੇ ਆ ਅਸੀਂ ਜੰਗਲ ਕੱਟ ਰਹੇ ਆ ਅਸੀਂ ਪਾਣੀ ਗੰਦਲੇ ਕਰ ਰਹੇ ਆ ਅਸੀਂ ਕੁੜੀਆਂ ਕੁੱਖ ਚ ਮਾਰ ਰਹੇ ਆ ਅਸੀਂ ਕੀ ਨਹੀਂ ਗਲਤ ਕਰਦੇ ਪਰ ਹੁਣ ਤਾਂ ਕਲਾਕਾਰਾਂ ਨੇ ਡਾਰਾਂ ਬਣਾ ਬਣਾ ਕੇ ਜਾਣਾ ਉਸ ਡੇਰੇ ਦੇ ਵਿੱਚ ਵੀ ਇੰਦਰਜੀਤ ਨਿੱਕੂ ਦਾ ਕੰਮ ਕਰ ਲੈਣਾ ਲੋਕ ਲੋਕ ਸਮਝਦਾਰ ਨੇ ਲੋਕਾਂ ਨੂੰ ਪਤਾ ਕਿ ਜਿੱਥੇ ਵੀ ਜਾਣਾ ਅਸੀਂ ਕੰਮ ਸਾਡੀ ਆਸਥਾ ਨਹੀਂ ਕਰਨਾ ਹਮ ਮੇ ਤੋਂ ਬਾਅਦ ਮੇਰੇ ਪਰਿਵਾਰ ਦੇ ਕਈ ਮੈਂਬਰ ਗਏ ਕਿਸ ਨੂੰ ਬੁਲਾਇਆ ਵੀ ਨਹੀਂ ਮੈਂ ਅਗਲੇ ਦਿਨ ਅੱਜ ਇਹ ਸਾਰੀਆਂ ਗੱਲਾਂ ਹੋਈਆਂ ਨੇ ਨੈਕਸਟ ਡੇ ਕੀ ਸੀ ਉੱਥੇ ਕਥਾ ਸੀ ਜਿਹਦੇ ਵਿੱਚ ਗੀਤਾ ਦਾ ਉਹਨਾਂ ਨੇ ਗੀਤਾ ਕਥਾ ਜਿਹੜੀ ਕਰਦੇ ਨੇ ਨਾ ਮੈਂ ਕਿਹਾ ਯਾਰ ਆਪਾਂ ਆਏ ਆ ਢੀਦੁਰ ਆਪਾਂ ਇਹਨਾਂ ਦੇ ਜੇ ਇੱਥੇ ਆਏ ਤਾਂ ਅੱਜ ਇਹ ਵੀ ਕਥਾ ਵੀ ਸੁਣ ਕੇ ਚੱਲਦੇ ਹਾਂ ਮੈਨੂੰ ਤਾਂ ਉਹਦੇ ਵਿੱਚ ਕੋਈ ਐਸੀ ਗੱਲ ਲੱਗੀ ਨਹੀਂ ਜਿਹੜੀ ਉਹ ਜੋ ਸਾਡੀਆਂ ਗੱਲਾਂ ਗੁਰਪ੍ਰੀਤ ਸਿੰਘ ਸਾਹਿਬ ਜੀ ਨੇ ਉਹ ਤੋਂ ਬਾਹਰ ਗੀਤਾ ਦੇ ਵਿੱਚ ਲਿਖਿਆ ਸੀ ਸਾਰਾ ਕੁਝ ਉਹੀ ਸੀ ਰੱਬ ਇੱਕ ਹੈ ਰੱਬ ਸਭ ਦੇ ਵਿੱਚ ਵਸਦਾ ਹੈ ਕੋਈ ਵੀ ਧਰਮ ਗ੍ਰੰਥ ਕਿਸੇ ਨਾਲ ਲੜਨਾ ਨਹੀਂ ਸਿਖਾਉਂਦਾ ਕੋਈ ਵੀ ਮਜਬ ਨਹੀਂ ਸਿਖਾਉਂਦਾ ਹਰ ਧਰਮ ਗ੍ਰੰਥ ਮਨੁੱਖਤਾ ਲਈ ਪਿਆਰ ਹੀ ਸਿਖਾਉਂਦਾ ਸੋ ਜਿਹੜਾ ਬੰਦਾ ਜੋੜਦਾ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਜੋੜਦਾ ਉਹ ਹਮੇਸ਼ਾ ਚੰਗਾ ਜੀ ਜਿਹੜਾ ਤੋੜਦਾ ਉਹਦੋਂ ਬੁਰਾ ਕੋਈ ਬੰਦਾ ਨਹੀਂ ਜੀ ਪਰ ਇਹ ਚਲੋ ਇਹ ਤਾਂ ਹੋ ਗਿਆ ਉਹ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਇਸ ਵੇਲੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਪਰ ਕੁਝ ਇੱਕ ਗੱਲਾਂ ਸੋਸ਼ਲ ਮੀਡੀਆ ਤੇ ਇਸ ਵੇਲੇ ਹੋਰ ਵੀ ਚੱਲ ਰਹੀਆਂ ਨੇ ਤੁਹਾਡੇ ਬਾਬਤ ਲੋਕ ਇਹ ਗੱਲ ਕਹਿੰਦੇ ਨੇ ਮੈਂ ਨਹੀਂ ਕਹਿੰਦੀ ਪਰ ਉੱਥੇ ਹੀ ਗੱਲ ਚੱਲ ਰਹੀ ਹੈ ਕਹਿੰਦੇ ਵੀ ਨਿੱਕੂ ਜੀ ਦੇ ਕੋਲ ਤਾਂ 6-7 ਕਰੋੜ ਰੁਪਈਆ ਆ ਚੁੱਕਿਆ ਹੁਣ ਤਾਂ ਉਹਨਾਂ ਨੂੰ ਸ਼ੋਅ ਦੇ ਲਈ ਜਨ ਫੋਨ ਕਰੋ ਤੇ ਉਹਨਾਂ ਦੇ ਮੈਨੇਜਰ ਸਾਹਿਬਾਨੇ ਕਹਿੰਦੇ ਨੇ ਵੀ 6 ਮਹੀਨੇ ਤੱਕ ਕੋਈ ਤਰੀਕੀ ਹੈ ਨਹੀਂਗੀ ਉਸ ਤੋਂ ਬਾਅਦ ਚ ਤਰੀਕ ਮਿਲੂਗੀ ਇਹ ਗੱਲਾਂ ਕਿੰਨੀਆਂ ਸੱਚੀਆਂ ਕਹਿੰਦੇ ਇੰਦਰਜੀਤ ਨਿੱਕੂ ਕੱਚਾ ਵਜਾਉਂਦਾ ਬਾਕੀ ਗਿਆ ਪਾਉਂ ਕਿ ਮੈਂ ਹੁਣ ਇਸ ਲਈ ਪਾਉਂਗਾ ਕਿ ਮੇਰੀ ਆਡੀਅנס ਮੇਰੇ ਨਾਲ ਖੜੀ ਹੈ ਮੇਰੇ ਪਿਆਰ ਕਰਨ ਵਾਲੇ ਮੇਰੇ ਨਾਲ ਖੜੇ ਨੇ ਐਂਡ ਹਰ ਧਰਮ ਦੇ ਲੋਕ ਖੜੇ ਨੇ ਜਦੋਂ ਮੈਂ ਕੈਨੇਡਾ ਜਾਣਾ ਨਾ ਉੱਥੇ ਮੈਨੂੰ ਇੱਕ ਕਮਿਊਨਿਟੀ ਨਹੀਂ ਉੱਥੇ ਹਰ ਕਮਿਊਨਿਟੀ ਦੇ ਲੋਕ ਮਿਲਣੇ ਵਾਹ ਜੀ ਤੁਸੀਂ ਸੋਚੋ 6 ਕਰੋੜ ਰੁਪਇਆ ਉਹਦਾ ਆਇਆ ਹਾਂ 6 ਮਹੀਨੇ ਤੱਕ ਸ਼ੋਅ ਹੋਵੇ ਸਵੇਰੇ ਆਜਾ ਥੋੜੇ ਥੋੜੇ ਬੰਨ ਲੈਣੇ ਹਾਂ ਹਾਂ 6 ਮਹੀਨੇ ਤੱਕ ਤੁਹਾਡੇ ਤਰੀਕ ਕੋਈ ਨਹੀਂ ਬੇਲੀ ਮੇਰੀ ਸੱਚੀ ਕਿ ਰਿਕੁਐਸਟ ਆ ਸਰ ਇਹਨੂੰ ਮੈਂ ਬੇਨਤੀ ਮੈਂ ਪਹਿਲਾਂ ਆਪਣੇ ਪੇਜ ਤੇ ਪਾ ਚੁੱਕਿਆ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਬਹੁਤ ਔਖਾਂ ਬਹੁਤ ਕਰਜ਼ਾ ਸਿਰ ਤੇ ਬਹੁਤ ਲੋਕ ਤੰਗ ਕਰਦੇ ਨੇ ਲੇਕਿਨ ਪੈਸੇ ਨਹੀਂ ਚਾਹੀਦੇ ਸ਼ੋਅ ਚਾਹੀਦੇ ਨੇ ਤੁਹਾਡਾ ਪਿਆਰ ਚਾਹੀਦਾ ਤੁਹਾਡੇ ਘਰਾਂ ਚ ਤੁਹਾਡੀਆਂ ਖੁਸ਼ੀਆਂ ਚ ਮੈਨੂੰ ਫੇਰ ਮੇਰੀ ਸ਼ਮੂਲੀਅਤ ਚਾਹੀਦੀ ਆ ਬਹੁਤ ਤੁਹਾਡੇ ਘਰਾਂ ਚ ਆ ਕੇ ਫੇਰ ਆਪਾਂ ਖੁਸ਼ੀਆਂ ਮਨਾਈਏ ਇਕੱਠੇ ਪੰਗੜੇ ਪਾਈਏ ਉਹ ਪੈਸੇ ਜਿਹੜੇ ਮੈਂ ਘਰੇ ਲੈ ਕੇ ਨੂੰ ਤੁਸੀਂ ਮੈਂ ਇੱਕ ਚੀਜ਼ ਹੋਰ ਕਰਨੀ ਚਾਹਨਾ ਐਨਾ ਕਿ ਮੇਰਾ ਸਾਥ ਜ਼ਰੂਰ ਦਿਓ ਜਿਹੜੇ ਸ਼ੋਅ ਬੁੱਕ ਕਰਨੋਂਗੇ ਬਿਆਦਾ ਕਰਾਓ ਪਾਟੀਆਂ ਕਰਾਉ ਜੋਦਲ ਕਰਦਾ ਤੁਹਾਡੀ ક્ષਮਤਾ ਥੋੜੇ ਵੱਧ ਪੈਸੇ ਦੇਣ ਦੀ ਹੈ ਥੋੜੇ ਵੱਧ ਦੇ ਦਿਓ ਤੁਹਾਡੀ ક્ષਮਤਾ ਘਟ ਦੇਣ ਦੀ ਹੈ ਤੇ ਘਟ ਦੇ ਦਿਓ ਹੂੰ ਮੇਰੀ ਬੰਦਿਜ ਨਹੀਂ ਹੋਗੀ ਲੇਕਿਨ ਆਪਣੀ ਖੁਸ਼ੀਆਂ ਚ ਸ਼ਾਮਲ ਕਰਿਓ ਮੈਨੂੰ ਇਹ ਕਿਓ ਕਿ ਮੈਂ ਕਰਜ਼ਾ ਚੱਕ ਕੇ ਨਹੀਂ ਕੁਝ ਕਰਨਾ ਚਾਹੁੰਦਾ ਵੀਰ ਜੀ ਮੇਰੇ ਕੋਲ ਇੰਨੇ ਪੈਸੇ ਨੇ ਇਹ ਚ ਤੁਹਾਡਾ ਖਰਚਾ ਹੋ ਸਕਦਾ ਤੇ ਆਚੋ ਤੁਸੀਂ ਕਰਜ਼ੇ ਮਾਰਾਂ ਨੇ ਦਰਦ ਨੂੰ ਸਮਝਦੇ ਹੋ ਦਾ ਮਤਲਬ ਬਿਲਕੁਲ ਮੈਨੂੰ ਕਿਉਂਕਿ ਆਪਾ ਕਰਜ਼ਦਾਰ ਆ ਤੁਹਾਨੂੰ ਪਤਾ ਕਿਉਂਕਿ ਤੁਹਾਨੂੰ ਖੁਸ਼ੀਆਂ ਜੇ ਮੈਂ ਚਾਹੀਦਾ ਆਪਾਂ ਨੂੰ ਇੱਕ ਦੂਜੇ ਦਾ ਜੀ ਸਾਥ ਚਾਹੀਦਾ ਉਦ ਲਈ ਕਰਜ਼ੇ ਦੇ ਚੱਕੇ ਨਹੀਂ ਕੋ ਨੂੰ ਨਬਲਾਇਓ ਜਿੰਨੇ ਪੈਸੇ ਆਗੇ ਤੁਸੀਂ ਉਹਨੇ ਪੈਸੇ ਜ ਮੈਨੂੰ ਬਲਾਇ ਮੋਂਨੇ ਚਾਹੂੰਗਾ ਜਿਹਦੀ ਖਸ਼ਮਤਾ ਜ਼ਿਆਦੇ ਆ ਜਿਹੜਾ ਬੰਦਾ ਕਹਿੰਦਾ ਕਿ ਮੈਂ 5-10 ਲੱਖ ਦੇ ਸਕਦਾ ਉਹਨੇ ਦੇ ਕੇ ਬਲਾਇਓ ਜਿਹਦੀ ਖਸ਼ਮਤਾ ਲੱਖ ਦੇਣ ਦੀ ਆ ਉਹ ਲੱਖ ਦੇ ਕੇ ਬਲਾਇਓ ਜਿਹਦੀ ਉਹਨੇ ਵੀ ਹੈ ਨਹੀਂ ਨਾ ਉਹ ਕੱਲੇ ਜਿਹੜੇ ਜਿੰਨੇ ਮਿਊਜ਼ੀਸ਼ੀਨਾਂ ਦੇ ਸਾਊਂਡ ਦੇ ਖਰਚੇ ਉਹਨੇ ਦੇ ਦਿਓ ਆਪਾਂ ਉਹਨੇ ਚ ਵੀ ਜਾਵਾਂਗੇ ਹਾਂ ਆਪਾਂ ਖੁਸ਼ੀਆਂ ਚ ਜਾਣਾ ਕੋਈ ਬੰਦਾ ਕਰਜ਼ਾ ਹੀ ਨਹੀਂ ਕਰਨਾ ਅਸੀਂ ਸਿਰਫ ਤੁਹਾਨੂੰ ਵਾਪਸ ਮਿਲਣਾ ਤੁਹਾਡੇ ਚ ਫੇਰ ਖੁਸ਼ੀਆਂ ਮਨਾਉਣੀਆਂ ਨੇ ਮੇਰੇ ਘਰੇ ਖੁਸ਼ੀਆਂ ਤਾਂ ਹੋਣੀਆਂ ਜੇ ਤੁਹਾਡੇ ਘਰਾਂ ਚ ਮੈਂ ਖੁਸ਼ੀਆਂ ਮਨਾਉਣ ਆਉਂਗਾ। ਉਹਨਾਂ ਖੁਸ਼ੀਆਂ ਸ਼ਾਮਲ। ਭਾਈ ਜੀ ਇੱਕ ਹੋਰ ਸਵਾਲ ਦਾ ਉੱਤਰ ਦਿਓ। ਵੀ ਅੱਜ ਸੋਰੀ ਇੱਕ ਚੀਜ਼ ਹੋਰ। ਜੀ। ਕੋਈ ਵੀ ਬੰਦਾ ਮੇਰੇ ਕਿਸੇ ਵੀ ਬੰਦੇ ਦੇ ਕਹੇ ਤੇ ਜਾਂ ਮੇਰੇ ਨਾਮ ਲੈਣ ਤੇ ਮੇਰਾ ਬੰਦਾ ਕੋਈ ਨਾਮ ਲੈ ਕੇ ਕਹਿੰਦਾ ਮੈਂ ਨਿੱਕੂ ਦੇ ਆਫਿਸ ਚ ਬੋਲਣਾ, ਇੱਥੋਂ ਬੋਲਣਾ। ਇਹ ਭਾਈ ਜੀ ਨੇ ਕਿਹਾ ਉਹਨਾਂ ਦਾ ਅਕਾਊਂਟ ਹੈ, ਇੱਥੇ ਪੈਸੇ ਪਾ ਦਿਓ। ਮੇਰਾ ਕੋਈ ਅਕਾਊਂਟ ਕਿਸੇ ਕੋਲ ਨਹੀਂ ਹੈਗਾ। ਕੋਈ ਆਪਣਾ ਅਕਾਊਂਟ ਦੇ ਕੇ ਕੁਝ ਵੀ ਕਰੇ ਮੇਰੇ ਮੇਰੇ ਲਈ ਪਲੀਜ਼ ਨਾ ਕਰੇ। ਜ਼ ਕਿਉਂਕਿ ਮੈਨੂੰ ਅੱਜ ਕੈਨੇਡਾ ਤੋਂ ਫੋਨ ਆਇਆ ਸੀ ਰੈਡ ਐਫਐਮ ਤੋਂ ਉਹਨਾਂ ਨੇ ਕਿਹਾ ਕਿ ਕੋਈ ਕੁੜੀ ਸੀ ਅਮਰਿਤ ਕਿ ਵੀਰੇ ਤੁਸੀਂ ਆ ਗੱਲ ਦਾ ਧਿਆਨ ਰੱਖਿਓ ਤੁਹਾਡੇ ਨਾਲ ਤੇ ਇਦਾਂ ਵੀ ਹੋ ਸਕਦਾ ਬੜੇ ਲੋਕਾਂ ਕਿਉਂਕਿ ਪੰਜਾਬੀ ਸਾਡੇ ਐਸੇ ਦਿਲਦਰਿਆ ਵਾਲੇ ਜੇ ਕੋਈ ਮੜਾ ਜੇ ਕਹਿੰਦਾ ਸਾਨੂੰ ਤਕਲੀਫ ਆ ਉਹ ਪੁੱਛਦੇ ਵੀ ਨਹੀਂ ਕਿੱਥੇ ਦੇਣੇ ਉਹ ਕਹਿੰਦੇ ਮੇਰੇ ਤੋਂ ਲੈ ਜਾ ਜੀ 10 ਲੱਖ ਆ 50 ਲੱਖ ਮੇਰੇ ਤੋਂ ਲੈ ਜਾਓ ਢੇਰ ਪਰ ਪਰ ਦਿੰਦੇ ਨੇ ਕੈਨੇਡਾ ਚ ਇੱਕ ਬੰਦੇ ਨੇ ਕਿਹਾ ਮੈਂ ਕਿਹਾ ਜੀ ਮੇਰਾ ਬੜਾ ਚਾਅ ਸੀ ਕਿ ਬੱਚੇ ਕੈਨੇਡਾ ਚ ਪੜਨ ਉੱਥੇ ਕਰ ਲਈਏ ਕਹਿੰਦਾ ਬਾਈ ਜੀ ਕਰ ਮੇਰੇ ਵੱਲੋਂ ਮੈਂ ਕਹਿੰਦਾ ਸ਼ੋਅ ਕਰਾਓ ਹੂੰ ਹੂੰ ਬੜੇ ਲੋਕ ਨੇ ਹੁੰਦੇ ਕਿਉਂਕਿ ਉਪਰੇ ਤੋਂ ਪਰੇ ਪਈਆ ਦੁਨੀਆ ਅੱਜ ਬੜੇ ਕਲਾਕਾਰ ਤੁਹਾਡੇ ਹੱਕ ਦੇ ਵਿੱਚ ਆਏ ਆ ਦਿਲਜੀਤ ਨੇ ਤੁਹਾਨੂੰ ਫੋਨ ਕੀਤਾ ਵੀ ਬੜੇ ਨਹੀਂ ਆਏ ਬੜੇ ਨਹੀਂ ਆਏ ਸਾਰੇ ਆਏ ਨੇ ਸਾਰੇ ਆਏ ਦਿਲਜੀਤ ਦਾ ਫੋਨ ਹੈ ਮੈਨੂੰ ਅੱਧੂ ਪਹਿਲਾਂ ਆਪਾਂ ਅੱਗੇ ਗੱਲ ਕੀਤੀ ਉਹਦਾ ਫੋਨ ਨਹੀਂ ਆਇਆ ਕਦੇ ਪਲੀਜ਼ ਕਹਿ ਕੇ ਗੱਲ ਕੀਤੀ ਮੈਂ ਬਾਈ ਜੀ ਮੇਰੇ ਅਗਲੀ ਫਿਲਮ ਚ ਕਾ ਲੋਗੇ ਮੈਨੂੰ ਸਭ ਤੋਂ ਵੱਡੀ ਗੱਲ ਕਿਹੜੀ ਖੁਸ਼ੀ ਕਿਹੜੀ ਗੱਲ ਦੀ ਹੋਈ ਫੋਨ ਆਇਆ ਮੈਂ ਮੈਂ ਤੋਥੇ ਵੀ ਥੋੜਾ ਜਿਹਾ ਭਾਵਗੇ ਪੁਲਿਸ ਤੇ ਫੋਨ ਆਉਣੇ ਸ਼ੁਰੂ ਹੋ ਗਏ ਪਰਿਵਾਰ ਅਸੀਂ ਪੰਜ ਜਾਣੇ ਇਕੱਠੇ ਗੱਡੀ ਚ ਮੈਂ ਮੇਰੀ ਵਾਈਫ ਛੋਟਾ ਭਰਾ ਛੋਟੀ ਭੈਣ ਤੇ ਪੁਰਾਣਾ ਸਾਡਾ ਹੂੰ ਇਹ ਜਿਹਦਾ ਨਾਮ ਲਈ ਜਾਣ ਉਹਦਾ ਫੋਨ ਆਈ ਜਾਵੇ ਮੈਨੂੰ ਲੱਗਦਾ ਉਹਨਾਂ ਦਾ ਵੀ ਆਊ ਉਹਦਾ ਆਜੂਏ ਉਹਨਾਂ ਦਾ ਹੋਣਾ ਨਹੀਂ ਵੀ ਘਰ ਹਣੀ ਨੇ ਪੋਸਟ ਪਾਤੀ ਮੈਨਾਂ ਉਹਨਾਂ ਨੇ ਫਿਲਮਾਂ ਚ ਹੀ ਆਊ ਉਹ ਅਮਰਦੀਪ ਨੇ ਪਤਾ ਅਕਤੂਬਰ ਮੇਂ ਫਿਲਮ ਸ਼ੁਰੂ ਕਰ ਰਹਾ ਮੈਨੂੰ ਤਾਂ ਪਤਾ ਨਹੀਂ ਕਿਨੇ ਕਿਨੇ ਸਭ ਨੇ ਸਤਕਾਰ ਕੀਤਾ ਸਭ ਤੁਹਾਡੇ ਨਾਲ ਖੜੇ ਧੰਨਵੀਰ ਸ਼ਰਮਾ ਹੈਪੀ ਰੈਗੋਟੀ ਗਿੱਪੀ ਪਤਾ ਨਹੀਂ ਕਿਦੇ ਕਿਦੇ ਫੋਨਸ ਮੈਨੂੰ ਐ ਨਾ ਪਤਾ ਲੱਗੇ ਮੈਂ ਕਾਹਾਂ ਕੀ ਕੀ ਹੋ ਗਿਆ ਮੇਰੇ ਨਾਲ ਇਹ ਮੈਨੂੰ ਇੰਨਾ ਸਾਰੇ ਪਿਆਰ ਕਰਨ ਵਾਲੇ ਮੈਂ ਇਹਨਾਂ ਨੂੰ ਤਕਲੀਫ ਕਿਉਂ ਨਹੀਂ ਦੱਸੀ ਜਾ ਕੇ ਸ਼ਾਇਦ ਮੇਰੇ ਨਾਲ ਪਹਿਲਾਂ ਹੀ ਖੜੇ ਹੋ ਜਾਂਦੇ ਜੀ ਕਿਉਂਕਿ ਕਈ ਜਗ੍ਹਾ ਸਾਡੇ ਅੰਦਰ ਡਰ ਹੁੰਦਾ ਕਿ ਯਾਰ ਜੇ ਮੈਂ ਇਦਾਂ ਗਿਆ ਉਹਨੂੰ ਇਹ ਨਾ ਲੱਗੇ ਕਿ ਯਾਰ ਇਹ ਤਾਂ ਬੰਦਾ ਗਿਆ ਛੱਡੋ ਪਰੇ ਹੂੰ ਮੈਂ ਕੰਪਨੀਆਂ 'ਚ ਬਹੁਤ ਚੱਕਰ ਮਾਰੇ ਬਹੁਤ ਲੋਕਾਂ ਨੂੰ ਗਿਆ بڑے ਨਵੇਂ ਬੰਦੇ ਨੂੰ ਮੈਂ ਭੇਜੇ ਆਡੀਓ ਹੁਣ ਸ਼ਾਇਦ بڑے ਲੋਕੋ ਇੱਕ ਗੱਲ ਇੱਕ ਮੇਰੀ ਰਿਕੁਐਸਟ ਹੋਰ ਵੀ ਹੈ ਇਹ ਪਿਛਲੇ ਬੁਰੇ ਵਕਤੇ ਵਿੱਚ ਜੋ ਵਕਤ ਨਿਕਲਿਆ ਬੁਰਾ ਨਹੀਂ ਸਿਖਾਉਣ ਵਾਸਤੇ ਆਉਂਦਾ ਹੈ ਸਿੱਖਿਆ ਸੀ ਪਿਛਲੇ ਵਕਤ 'ਚ بڑے ਲੋਕਾਂ ਨੂੰ ਮੈਂ ਗਾਣੇ 'ਤੇ ਜੇ ਮੇਰਾ ਗਾਣਾ ਕਿਤੇ ਕਰਾ ਦੇ بڑے ਲੋਕਾਂ ਕੋਲ ਮੇਰੇ ਗਾਣੇ ਪੈਣਗੇ ਉਹ ਚੈਟਾਂ ਵੀ ਲੋਕਾਂ ਨੂੰ ਦਿਖਾਉਣਗੇ ਕੰਪਨੀਆਂ ਕੰਪਨੀਆਂ ਨੂੰ ਵੀ ਕਹਿਣ ਗਿਆ ਗਾਣੇ ਦਾ 10 ਲੱਖ ਦੇ ਦੋ 20 ਲੱਖ ਦੇ ਦੋ ਮੇਰੇ ਕਿਸੇ ਗਾਣੇ ਲਈ ਤੁਸੀਂ ਕਿਸੇ ਨੂੰ ਐਦਾਂ ਕੋਈ ਪੈਸਾ ਨਹੀਂ ਦੇਣਾ जिन्हें भी कोई गल करनी है मैं डायरेक्टली फोन करो मैं था अपने फैंस के भी परसों तो फोन सुन रहा कंपनियों के भी सुन रहा सिंगरस की भी सुन रहे मानता भी फोन आए वाह कि असं थोड़े ना ना। इंग्लैंड तो दे न इंग्लैंड चार फोन आए वीरे को साने भेजो साढ़े बयान से वीरा आऊगा वाह मैं लगे ਮੇਰੀਆਂ ਭੈਣਾਂ ਦੀਆਂ ਦੁਆਵਾਂ ਲੱਗੀਆਂ ਹੂੰ ਤੁਸੀਂ ਤਕੜੇ ਹੋ ਮੜਾ ਤਕੜਾ ਜੀਰਾ ਰੱਖੋ ਤੇ ਮੇਰੀ ਇੱਕ ਬੇਨਤੀ ਹੈ ਦਰਸ਼ਕਾਂ ਨੂੰ ਜਿਵੇਂ ਇੰਦਰਜੀਤ ਨਿੱਕੂ ਦੇ ਹੱਕ ਦੇ ਵਿੱਚ ਆਏ ਆ ਜੀ ਜੇਕਰ ਪਹਿਲਾਂ ਆ ਜਾਂਦੇ ਤਾਂ ਮਿਰਜ਼ਾ ਸੰਗੋਵਾਲੀਆ ਵੀ ਬਚ ਜਾਂਦਾ ਬਿਲਕੁਲ ਸਹੀ ਕੱਢ ਦੂ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ ਉਹਨੇ ਲਿਖਿਆ ਕਰਤਾਰ ਰਮਲੇ ਨੂੰ ਹਿੱਟ ਕੀਤਾ ਬੜੇ ਹੋਰ ਕਲਾਕਾਰਾਂ ਨੂੰ ਗੀਤ ਲਿਖ ਕੇ ਦਿੱਤੇ ਪਰ ਅਦਰੰਗ ਦਾ ਦੌਰਾ ਪੈ ਗਿਆ ਕਿਸੇ ਨੇ ਪੰਜੀ ਨਹੀਂ ਸੀ ਦਿੱਤੀ ਮੈਂ ਨਹੀਂ ਕਹਿੰਦਾ ਵੀ ਲੋਕ ਵੰਡਦੇ ਫਿਰਦੇ ਆ ਜੀ ਔਰ ਅਸੀਂ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਉਹਨਾਂ ਦੀ ਇੰਟਰਵਿਊ ਕੀਤੀ ਅੱਜ ਦੀ ਤਰੀਕ ਦੇ ਵਿੱਚ ਚਤਰ ਸਿੰਘ ਪਰਵਾਨਾ ਮਰਨ ਕੰਡੇ ਆ ਬੁਰਾ ਹਾਲ ਆ ਬੌਂਕੇ ਢਾੜੇ ਆ ਸਤੀਸ਼ ਕਾਲ ਜੀ ਗਏ ਸਤੀਸ਼ ਕਾਲ ਹੋਰੀ ਗਏ ਆ ਬੜੇ ਲੋਕ ਗਏ ਅੱਜ ਦੀ ਤਰੀਕ ਦੇ ਵਿੱਚ ਬਲਤੀਰ ਮਾਲੇ ਦਾ ਕਿੰਨਾ ਮਾੜਾ ਹਾਲ ਕੁਕੂ ਰਾਣਾ ਰੋਦਾ ਜਿਹਨੇ ਲਿਖਿਆ ਗਿਆ ਸੋ ਬਹੁਤ ਸਾਰੇ ਕਲਾਕਾਰ ਹੋਰ ਆ ਬਹੁਤ ਸਾਰੇ ਕਲਾਕਾਰ ਸਾਡੇ ਕੋਲੋਂ ਜਾ ਚੁੱਕੇ ਆ ਕੁਝ ਕ ਬਚੇ ਆ ਜਾਂ ਮੈਂ ਕਹਿੰਦਾ ਵੀ ਜੇ ਕੋਈ ਤੁਹਾਨੂੰ ਚੰਗਾ ਪੱਤਰਕਾਰ ਲੱਗਦਾ ਉਹਦੇ ਵੀ ਨਾਲ ਖੜੋ ਤੁਹਾਨੂੰ ਕੋਈ ਚੰਗਾ ਦਿੱਤਾ ਲੱਗਦਾ ਉਹਦੇ ਨਾਲ ਵੀ ਖੜੋ ਤੁਹਾਡਾ ਕੋਈ ਰਿਸ਼ਤੇਦਾਰ ਹੀ ਕਿਉਂ ਨਾ ਕੋਈ ਤੁਹਾਡਾ ਆਪਣਾ ਹੋਵੇ ਨਾਲ ਖੜੋ ਆਪਾਂ ਤਮਾਸ਼ਾ ਨਾ ਬਣਾਈਏ ਜੀ ਆਪਾਂ ਬਦਰੀ ਜਕਰ ਮਦਦ ਕਰ ਸਕਦੇ ਆ ਤਾਂ ਜ਼ਰੂਰ ਕਰਗੇ ਨਿਠ ਕੇ ਕਰਗੇ ਇਹ ਨਹੀਂ ਵੀ ਜਦੋਂ ਉਹਨੇ ਭੁੱਬਾ ਮਾਰੀਆਂ ਖੁੱਬਕਿਆ ਤੇ ਫੇਰ ਹੀ ਆਪਾਂ ਕਰਗੇ ਭਾਈ ਜੀ ਮੇਰਾ ਕੋਈ ਹੋਰ ਸਵਾਲ ਆ ਸੁਖ ਬਰਾੜ ਟੋਰਾਂਟੋ ਚ ਭਾਈ ਜੀ ਜਿਹੜੇ ਦਿਲਜੀਤ ਦੇ ਸ਼ੋਕਰਾਂ ਦਾ ਮੁੰਡਾ ਭਾਈ ਜੀ ਛੋਟੇ ਪ੍ਰਾਧਿਕ ਬੇਨਤੀ ਹੈ ਹਾਂ ਮੈਂ ਕਹਾਂ ਜੀ ਛੋਟੇ ਭਾਈ ਕੌਣ ਬੋਲਦੇ ਹੋ ਮੈਂ ਸੁਖਪਰਾੜ ਬੋਲਦਾ ਮੇਰੀ ਪ੍ਰੋਫਾਈਲ ਦੇਖ ਲਓ ਭਾਈ ਜੀ ਮੈਂ ਦਲਜੀਤ ਭਾਈ ਦੇ ਸ਼ੁਕਰਾਨਾ ਮੈਂ ਦੇ ਕਰੋਨਾ ਮੈਂ ਖੈਨੀ ਪ੍ਰਾਤੂ ਨਾ ਲੇਤਾ ਇਨੇ ਬੰਦਿਆਂ ਦੇ ਤੇ ਠੀਕ ਹੈ ਠੀਕ ਹੈ ਤੂੰ ਸਾਰਾ ਕੁਝ ਕਿਉਂਕਿ ਉਹਨੂੰ ਲੱਗਿਆ ਕਿ ਮੈਂ ਨਹੀਂ ਜਾਣਦਾ ਕਿਉਂਕਿ ਮੈਂ ਸੀਰੀਅਸਲੀ 9 ਸਾਲ ਤੋਂ ਲਾਈਨ ਤੋਂ ਟੋਟਲੀ ਕੱਟ ਆਫ ਆ ਪਤਾ ਨਹੀਂ ਕਿਹੜੇ ਪ੍ਰੋਮੋਟਰ ਨਵੇਂ ਬੱਚੇ ਨੇ ਜਾਂ ਕਿਹੜੇ ਪੈਨ ਪ੍ਰਾ ਹੁਣ ਕੰਮ ਕਰਦੇ ਪੈਨੇ ਭਾਈ ਜੀ ਜਿਹੜੇ ਕੈਨੇਡਾ ਦੇ ਸ਼ੋਅ ਨੇ ਨਾ ਇਹ ਸੇਵਾ ਤੁਸੀਂ ਮੈਨੂੰ ਦੇਣੀ ਆ ਹੂੰ ਮੈਂ ਪਹਿਲੀ ਵਾਰ ਵਰਡ ਸੁਣਿਆ ਆਪਣੀ ਲਾਈਫ ਦੇ ਵਿੱਚ ਕਿ ਇਹ ਸੇਵਾ ਮੈਨੂੰ ਦੇਣੀ ਆ ਸ਼ੋਹਾਂ ਦੀ ਸੇਵਾ ਮੇਰੇ ਮੇਰੇ ਪੱਲੇ ਨਹੀਂ ਪੈਂਦੀ ਸੀ ਇਹ ਕੀ ਕਹਿ ਰਿਹਾ ਹੈ ਕਿਉਂਕਿ ਹਮੇਸ਼ਾ ਪੇਮੈਂਟ ਦੀ ਗੱਲ ਕਰਦੇ ਆ ਕੰਮ ਦੀ ਗੱਲ ਕਰਦੇ ਆ ਜਦੋਂ ਨਹੀਂ ਇਹ ਗੱਲ ਕਰਕੇ ਕੀਤੀ ਕਿ ਭਾਈ ਜੀ ਮੈਨੂੰ ਅਕਾਊਂਟ ਨੰਬਰ ਭੇਜੋ ਅਸੀਂ ਕੁਝ ਐਡਵਾਂਸ ਪੜਨਾ ਮੈਂ ਕਿਛੂ ਟੁੱਟੇ ਭਾਈ ਕੁਝ ਨਹੀਂ ਪੜਨਾ ਤੁਸੀਂ ਛੱਡੋ ਆਲੇ ਪਹਿਲਾਂ ਮੈਨੂੰ ਦੱਸੋ ਕਰਨਾ ਕੀ ਆ ਕਹਿੰਦਾ ਭਾਈ ਸ਼ੋਅ ਕਰਨੇ ਨੇ ਇਹ ਸ਼ੋਅ ਸਾਡੇ ਕੈਨੇਡਾ ਵਾਲੇ ਸਾਰੇ ਕਹਿੰਦੇ ਨੇ ਸਾਰੀਆਂ ਕਮਿਊਨਿਟੀਆਂ ਕਹਿੰਦੇ ਨੇ ਅਸੀਂ ਨਿੱਕੂ ਲਈ ਇਹ ਸ਼ੋਅ ਕਰਾਉਣੇ ਨੇ ਤੂੰ ਕਰਨੇ ਨੇ ਅਸੀਂ ਕਰਾਉਣੇ ਨੇ ਨਾਲ ਤੇਰੇ ਲੱਕੇ ਜਿੰਨੇ ਸ਼ੋਅਾਂ 'ਚ ਪੈਸੇ ਆਉਣਗੇ ਉਹ ਅਸੀਂ ਤੁਹਾਨੂੰ ਦੇਣੇ ਨੇ ਤੁਸੀਂ ਆਪਣੇ ਕਰਜ਼ੇ ਉਤਾਰਨੇ ਨੇ ਕਿਉਂਕਿ ਉਹਨੇ ਮੇਰੀ ਪੋਸਟ ਬੜੀ ਕਿ ਮੈਂ ਸ਼ੋਅਾਂ ਦੇ ਪੈਸੇ ਨਾਲ ਆਪਣੇ ਕਰਜ਼ੇ ਉਤਾਰਨੇ ਨੇ ਉਹ ਤੋਂ ਬਾਅਦ ਜਦੋਂ ਉਹਨੇ ਗੱਲ ਕੀਤੀ ਮੇਰੇ ਮੰਚ ਉਸੇ ਟਾਈਮ ਇਹ ਗੱਲ ਆਈ ਕਿ ਨਿੱਕੂ ਜੇ ਤੇਰੇ ਕੋਲੇ ਸੀਰੀਅਸਲੀ ਜਿਵੇਂ ਭਰਾ ਕਹਿੰਦੇ ਪਏ ਨੇ ਕਿਉਂਕਿ ਜੇ ਜਿਹੜੇ ਸ਼ੋਅ ਪਲਾਨ ਕਰਦਾ ਪਿਆ ਕੱਲ ਪੋਸਟਰ ਪੈਣਾ ਪਰਸੋ ਪੈਣਾ 2-4 ਦਿਨ ਸ਼ੋਅ ਸਾਰੇ ਪਾਸੇ ਪੈ ਜਾਣ ਨੇ ਜੇ ਉਹ ਜਿਹੜੀਆਂ ਗੱਲਾਂ ਕਹਿੰਦੇ ਪਏ ਨੇ ਸ਼ਾਇਦ ਮੇਰੀ ਸੋਚ ਤੋਂ ਕਿਤੇ ਪੈਸੇ ਵੱਧ ਮੈਨੂੰ ਮਿਲ ਜਾਣੇ ਨੇ ਹੂੰ ਮੈਂ ਸੀਰੀਅਸਲੀ ਇਹ ਚੋਣਾ ਕਿ ਮੇਰੇ ਆਪਣੀਆਂ ਟੈਨਸ਼ਨਾਂ ਜਿਹੜੀਆਂ ਨੇ ਕਿਉਂਕਿ ਮੇਰੇ ਹੁਣ ਇੱਕ ਗੱਲ ਤਾਂ ਸਮਝ ਲੱਗ ਗਈ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੇਫ ਜ਼ਰੂਰ ਕਰੋ ਤਾਂ ਕਿ ਤੁਸੀਂ ਕਿਸੇ ਦੇ ਵੀ ਕੰਮ ਆ ਸਕੋ ਜੇ ਤੁਸੀਂ ਮਰਗੇ ਤੇ ਤੁਸੀਂ ਕਿਸੇ ਦਾ ਕੁਝ ਨਹੀਂ ਕਰ ਸਕਦੇ ਮੇਰੀ ਤੁਹਾਨੂੰ ਇੱਕ ਨਿੱਜੀ ਤੌਰ ਤੇ ਬੇਨਤੀ ਹੈ ਜਦੋਂ ਵੀ ਤੁਹਾਡਾ ਹੱਥ ਸੁਖਾਵਾਂ ਹੋ ਜੇ ਤੁਹਾਡੇ ਕਰਦੇ ਲੱਥ ਜਾਣ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜੇ ਆਪਣੇ ਵਰਗੇ ਦੋ ਚਾਰ ਦੁਖਿਆਰਾਂ ਦੀ ਮਦਦ ਵੀ ਮੇਥੋਡੀ ਗੱਲ ਕੱਟ ਗਈ ਕਹਿਣ ਲੱਗਿਆ ਜਦੋਂ ਮੈਨੂੰ ਲੱਗਿਆ ਮੇਰਾ ਮੜਾ ਜਾ ਸਿਸਟਮ ਜਿਹੜਾ ਇਹ ਕਿਉਂਕਿ ਮੈਨੂੰ ਲੱਗਦਾ ਕੈਨੇਡਾ ਅਮਰੀਕਾ ਵਾਲਿਆਂ ਨੇ ਇਹ ਪਹਿਲੇ ਟੂਰ ਚ ਹੀ ਖਤਮ ਕਰ ਦਿੰਦੇ ਨੇ ਟੈਨਸ਼ਨ ਆ ਹੂੰ ਜਿੰਨੇ ਮੇਰੇ ਵਰਗੇ ਪੈਣ ਭਰਾ ਜਿਹੜੇ ਅੱਜ ਮੁਸੀਬਤ 'ਚ ਨੇ ਕਿਉਂਕਿ ਮੈਨੂੰ ਪਤਾ ਮੇਰੇ 뮤జిਸ਼ੀਅਨ ਮੇਰੇ ਨਾਲ ਦੇ ਹੋਰ ਕਿੰਨੇ ਸਿੰਗਰ ਭਰਾ ਕਿੰਨੇ ਦੁਖੀ ਟਾਈਮ 'ਚੋਂ ਕਿੰਨੇ ਐਸੇ ਟਾਈਮ 'ਚੋਂ ਨਿਕਲ ਰਹੇ ਨੇ ਜਿਨ੍ਹਾਂ ਕੋਲ ਸ਼ਾਇਦ ਰੋਟੀ ਖਾਣ ਨੂੰ ਪੈਸੇ ਨਹੀਂ ਮੈਨੂੰ ਕਿਸੇ ਮਿੱਤਰ ਨੇ ਕਿਹਾ ਕਿ ਗੱਡੀ ਛੋਟੀ ਕਰ ਦੇ ਤੇ ਤੈਥੋਂ ਕਰਜ਼ੇ ਵਾਲੇ ਕਰਜ਼ਾ ਮੰਗਣੋਂ ਬੰਦ ਹੋ ਜਾਣਗੇ ਤੂੰ ਫੋਰਚਨਰ 'ਚ ਜਾਣਾ ਉਹਨੂੰ ਲੱਗਦਾ ਨਿਕੁ ਤਾਂ ਠੀਕ ਹੈ ਉਹ ਤਾਂ ਤੇ ਤੂੰ ਮੰਗਦੇ ਨਹੀਂ ਹਮ ਪਰ ਇੱਕ ਆਰਟਿਸਟ ਨੂੰ ਮੇਨਟੇਨ ਰਹਿਣ ਲਈ ਬੜੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਆ ਥੋੜਾ ਜਿਹਾ ਲੋਕਾਂ ਨੂੰ ਲੱਗਦਾ ਕਿ ਤਾਂ ਗਿਆ ਤੇ ਲੋਕ ਨਾਲ ਹੀ ਸਾਡਾ ਗ੍ਰਾਫ ਵੀ ਡਾਊਨ ਥੱਲੇ ਆ ਜਾਂਦਾ ਆਖਰੀ ਸਵਾਲ ਮੇਰਾ ਇਹ ਆ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਵੀ ਤੁਸੀਂ ਮਹੀਨੇ ਦੇ 30-30 ਪ੍ਰੋਗਰਾਮ ਵੀ ਲਾਏ ਆ ਕਿਸੇ ਵੇਲੇ ਕੋਈ ਮੇਰਾ ਖਾਲ ਵੀ ਦਸਤਾਰਾਂ ਵਾਲੀ ਦੁਕਾਨ ਇਹੋ ਜਿਹੀ ਨਹੀਂ ਹੋਣੀ ਜਿੱਥੇ ਇੰਦਰਜੀਤ ਨਿੱਕੂ ਦੀ ਫੋਟੋ ਨਹੀਂ ਲੱਗੀ ਅੱਜ ਵੀ ਬਹੁਤ ਸਾਰੀਆਂ ਥਾਵਾਂ ਤੇ ਲੱਗੀਆਂ ਹੀ ਹੋਣਗੀਆਂ ਲੱਗੀਆਂ ਵੀ ਆ ਪੈਸੇ ਗਏ ਕਿੱਥੇ ਬਿਨਾ ਪੈਸੇ ਤੋਂ ਸ਼ੋਅ ਨਹੀਂ ਸੀ ਲਾਉਂਦੇ ਗਏ ਕਿੱਥੇ ਠੱਗੀ ਵੱਜ ਗਈ ਕੋਈ ਟੱਬਰ ਦੇ ਜੀ ਦੇ ਵਿੱਚ ਧੋਖਾ ਹੋ ਗਿਆ ਕੋਈ ਪੈਸੇ ਮਾਰ ਗਿਆ ਕੀ ਗੱਲ ਹੋ ਗਈ ਲੋਕ ਵੀ ਇਹ ਪੁੱਛਦੇ ਨੇ ਵੀ ਇੰਨਾ ਕਰਜ਼ਾ ਜਿਹਦਾ ਜ਼ਿਕਰ ਵਾਰ-ਵਾਰ ਹੋ ਰਿਹਾ ਇਹ ਕਰਜ਼ਾ ਇੰਨਾ ਸਰ ਸਾਰੇ ਸਾਰੇ ਜਿਹੜਾ ਬੰਦਾ ਡਾਊਨ ਜਾਂਦਾ ਸਾਰੇ ਬੰਦੇ ਸੋਚਦੇ ਨੇ ਕਿਉਂਕਿ ਅਸੀਂ ਪੈਸੇ ਕਮਾਏ ਬਹੁਤ ਹੁੰਦੇ ਨੇ ਲੋਕਾਂ ਨੂੰ ਪਤਾ ਹੁੰਦਾ ਹਮ ਕੱਲ ਵੀ ਕਿਸੇ ਮਿੱਤਰ ਦਾ ਫੋਨ ਆਇਆ ਸੀ ਕਿ ਭਾਈ ਜੀ ਅਸੀਂ ਮੇਰਾ ਵਿਆਹ ਸੀਗਾ ਤੇ ਤੁਹਾਡੇ 30 30 ਦਿਨ ਬੁੱਕ ਸੀ ਅਸੀਂ ਮੰਗਣੀ ਡੇਟ ਚੇਂਜ ਕੀਤੀ ਹਮ ਰੱਖਣ ਤੋਂ ਬਾਅਦ ਕਿ ਬਾਈ ਹੀ ਵਿਆਹ ਤੇ ਚਾਹੀਦਾ ਤੇ ਅਸੀਂ ਡੇਟ ਚੇਂਜ ਕਰਕੇ ਫਿਰ ਤੁਹਾਡਾ ਟਾਈਮ ਲੈ ਕੇ ਫਿਰ ਟਾਈਮ ਰੱਖਿਆ ਸੀ ਜਦੋਂ ਪੈਸਾ ਆਇਆ ਨਾ ਜਿਹੜਾ ਆਪਣਾ ਪਿੰਡ ਕੱਚਾ ਕਰ ਸੀ ਮੇਰਾ ਬਾਪੂ ਮੈਨੂੰ ਕਹਿੰਦਾ ਹੁੰਦਾ ਸੀ ਕਿ ਪੁੱਤ ਘਰ ਦੇ ਵਿੱਚ ਨਾ ਜੇ ਤੂੰ ਪਿੰਡ 'ਚ ਰਹਿਣਾ ਤੈਨੂੰ ਸਾਰੇ ਜਾਣਦੇ ਨੇ ਤੂੰ ਆਪਣੀ ਜੜਾ ਨਾ ਜੁੜ ਕੇ ਰਹੇਂਗਾ ਉਹਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਸਾਡੇ ਦਾਦੇ ਦੀਆਂ ਉਹਦੇ ਜਾਣ ਤੋਂ ਬਾਅਦ ਮੇਰੇ ਮਨ ਚ ਆਇਆ ਮੈਂ ਦਾਦੇ ਦੀ ਜਿਹੜੀਆਂ ਖੁਆਇਸ਼ਾਂ ਸੀ ਨਾ ਇੱਥੇ ਰਹਿ ਕੇ ਪੂਰੀਆਂ ਕਰੂੰ ਪਿੰਡ 'ਚ ਰਵਾਂਗੇ 25 ਸਾਲ ਤੋਂ ਮੈਂ ਇਸ ਲਾਈਨ 'ਚ ਆ ਪਿਛਲੇ 9 ਸਾਲ ਤੋਂ ਲਾਈਨ ਤੋਂ ਆਊਟ ਆ ਜਿਹੜੇ ਸਾਲਾਂਾਂ 'ਚ ਕੰਮ ਕੀਤਾ ਬਹੁਤ ਪੈਸਾ ਕਮਾਇਆ ਕਦੇ ਮੈਂ ਇੱਕ ਵਾਰ ਨਹੀਂ ਸੋਚਿਆ ਕਿ ਮੈਂ ਮੂਵ ਹੋਣਾ ਤਾਂ ਪਿਛਲੇ 6-7 ਸਾਲ ਤੋਂ ਰੈਗੂਲਰ ਮੰਨ ਚੱਲਦਾ ਕਿ ਬਾਰਲੀ ਪਿਆਰ ਲੈਣੀ ਆ ਆਉਂਦੇ ਜਾਂਦੇ ਰਮਾਂਗੇ ਪੰਜਾਬ 'ਚ ਕਰ ਰੱਖਾਂਗੇ ਕਿਉਂਕਿ ਫਿਊਚਰ ਦੇਖਣ ਨੂੰ ਬੰਦ ਹੋ ਗਿਆ ਹੂੰ ਐਂ ਲੱਗਦਾ ਉੱਥੇ ਜਾ ਕੇ ਟੈਕਸੀ ਵੀ ਚਲਾਵਾਂਗੇ ਨਾ ਤੇ ਭੁੱਖੇ ਨਹੀਂ ਮਰਦੇ ਹੂੰ ਖਰਚਾਈ ਨਹੀਂ ਹੁੰਦੇ ਪਿੰਡ 'ਚ ਸਾਰਿਆਂ ਨੂੰ ਇਕੱਠੇ ਰੱਖਣ ਲਈ ਬਾਈ ਮੈਂਬਰ ਸੀ ਘਰ ਛੋਟਾ ਸੀ ਹੈਲ ਨਾ ਉਚ ਰਹਿੰਦੇ ਸੀ ਖੁਸ਼ ਰਹਿੰਦੇ ਸੀ ਸਭ ਠੀਕ ਸੀ ਉਹਨਾਂ ਨੂੰ ਰੱਖਣ ਲਈ ਕੋਠੀ ਵੱਡੀ ਕਰ ਲਈ ਵੱਡੀ ਕਰਕੇ ਰੂਮਾਂ 'ਚ ਰਹਿਣ ਲੱਗੇ ਥੱਲੇ ਇੱਕ ਹਾਲ 'ਚ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਬਾਤਾਂ ਪਾਉਂਦੇ ਸੀ ਗੱਲਾਂ ਕਰਦੇ ਸੀ ਹੂੰ ਰੂਮਾਂ ਜਾਣ ਤੋਂ ਬਾਅਦ ਆਪਣੇ ਆਪਣੇ ਫੋਨਾਂ ਤੇ ਹੋ ਗਏ ਸਾਰੇ ਸੋਚਾਂ ਵੱਖਰੀਆਂ ਹੋਣ ਲੱਗੀਆਂ ਹੂੰ ਬੱਚੇ ਵੱਡੇ ਹੋਣ ਲੱਗੇ ਅੱਜ ਵੀ ਇਕੱਠੇ ਆ ਸਾਰੇ ਅਸੀਂ ਇਕੱਠੇ ਰਹਿਣ ਲਈ ਉਹ ਕੋਠੀ ਬਣਾਈ ਪੈਸੇ ਲਾਏ ਮੇਨਟੇਨ ਰੱਖਣ ਲਈ ਗੱਡੀ ਬਦਲੀ 2013 ਚ ਕੁੜੀਆਂ ਦੇ ਵਿਆਹ ਆ ਗਏ ਕੁੜੀਆਂ ਦੇ ਸਭ ਦੇ ਵਿਆਹ ਕੀਤੇ ਸਾਰੀ ਦੁਨੀਆ ਨੂੰ ਪਤਾ ਜਦੋਂ ਉਹ ਇਕੱਠ ਹੁੰਦੇ ਸੀ ਜਿੱਥੇ ਆਰਟਿਸਟ ਹੁੰਦੇ ਸੀ ਉਹ ਸਭ ਚੀਜ਼ਾਂ ਕੀਤੀਆਂ ਜੋ ਮੇਰੇ ਵਾਸਤੇ ਉਸ ਸਮੇਂ ਸੀਗੀਆਂ ਲੇਕਿਨ ਇਹ ਨਹੀਂ ਪਤਾ ਸੀ ਕਿ ਆਉਣ ਵਾਲੇ ਸਮੇਂ ਚ ਵਕਤ ਕਿਤੇ ਪਲਟ ਵੀ ਸਕਦਾ ਤੇ ਨਾਲ ਕੋਈ ਨਹੀਂ ਖੜੂ ਇਹ ਸਮੇਂ ਦਾ ਬਦਲ ਫਿਰ ਸਾਰੀ ਦੁਨੀਆ ਜਾਣਦੀ ਹੈ ਕਿ ਜਦੋਂ ਤੁਹਾਡਾ ਵਕਤ ਥੋੜਾ ਜਿਹਾ ਬੁਰਾ ਹੁੰਦਾ ਤੁਹਾਡੇ ਸਾਰੇ ਆਪਣੇ ਪਰਾਇ ਸਾਰੇ ਹੋ ਜਾਂਦੇ ਨੇ ਪਰਾਇ ਉਧਰੋਂ ਜਿਹੜਾ ਆਫਿਸ ਸੀ ਉੱਥੇ ਸਾਰੇ ਸ਼ੋਅ ਇਹਦੇ ਦੁਰਬੁਕਉਣ ਲੱਗੇ ਮੈਂ ਕਰ ਦੇ ਕਰੇਲੂ ਚੱਕਰਾਂ ਜਿਹੜੀ ਉਹ ਸਿਸਟਮ ਤੁਹਾਨੂੰ ਪਤਾ ਸਾਰੀ ਨਹੀਂ ਜਿਹੜਾ ਉਹ ਸਿਸਟਮ ਸੀ ਆਪਣੇ ਪਹਿਣਾ ਵਾਲੇ ਪਹਿਣਾ ਵਾਲੇ ਮਸਲੇ ਜਿਹੜੇ ਪਰਿਵਾਰਕ ਮਸਲੇ ਸੀ ਤੁਹਾਡੇ ਹਾਂ ਉਧਰ ਨੂੰ ਔਲਜਾ ਥੋੜਾ ਜਿਹਾ ਕਿ ਠੀਕ ਕਰਨ ਮੈਂ ਇਹ ਮੇਰੀਆਂ ਪਹਿਣਾ ਤੇ ਕੋਈ ਆਫਤ ਨਾ ਆਵੇ ਇਧਰ ਉਨੋਂ ਲੱਗੇ ਤਾਂ ਬਿਜ਼ੀ ਹੋ ਗਿਆ ਤੇ ਉਹ ਦਫਤਰ ਵਾਲਿਆਂ ਨੇ ਕਾਹਨ ਕਰਨੇ ਸ਼ੁਰੂ ਕਰਤੇ ਸ਼ੋ ਟੋਟਲੀ ਬੰਦ ਹੋ ਗਏ ਇਧਰ ਪੈਸਾ ਸਾਰਾ ਇਨਵੈਸਟ ਹੋ ਗਿਆ ਜਿਹੜੀ ਪ੍ਰਾਪਰਟੀ ਬਣਾਈ ਜਿਹੜੇ ਪਲਾਟ ਬਣਾਏ ਉਥਰ ਥੋੜੀ-ਥੋੜੀ ਵੇਚ-ਵੇਚ ਕੇ ਟਾਈਮ ਲਗਾਉਂਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਲੇਕਿਨ ਇੱਕ ਦਿਨ ਐਸਾ ਆ ਗਿਆ ਕਿ ਪੈਸੇ ਮੰਗਣ ਦੀ ਨੌਬਤ ਸ਼ੁਰੂ ਹੋ ਗਈ ਹੂੰ ਸ਼ੋ ਹੈ ਨਹੀਂ ਪੈਸੇ ਮੰਗਣੇ ਸ਼ੁਰੂ ਕਰਤੇ ਜਦੋਂ ਮੰਗ ਲਏ ਉਹਨਾਂ ਨੂੰ ਮੋੜਨ ਲਈ ਕਿਸੇ ਤੋਂ ਵਿਆਜ ਤੇ ਫੜਨੇ ਸ਼ੁਰੂ ਕਰਤੇ ਹੂੰ ਫੜੇ ਵੀ ਜੰਨਾ ਤੋਂ ਸਭ ਦੇ ਪਤਾ ਨਹੀਂ ਕਿੰਨੇ ਕਿੰਨੇ ਸ਼ੋਅ ਫਰੀ ਕੀਤੇ ਕਿ ਮੇਰਾ ਭਰਾ ਹੈ ਮੇਰਾ ਮਿੱਤਰ ਹੈ ਉਹ ਜਿਹੜੇ ਮਿੱਤਰਾਂ ਦੇ ਫਰੀ ਸ਼ੋਅ ਕੀਤੇ ਉਹਨਾਂ ਮਿੱਤਰਾਂ ਨੇ ਜਦੋਂ ਉਹਨਾਂ ਤੋਂ ਪੈਸੇ ਲਏ ਉਹਨਾਂ ਪੈਸੇ ਨੇ ਮੇਰੇ ਤੋਂ ਵਿਆਜ ਲਏ ਸਾਰੇ ਸੁਣਦੇ ਹੋਣਗੇ ਸ਼ਰਮਿੰਦਾ ਵੀ ਹੁੰਦੇ ਹੋਣਗੇ ਅੱਜ ਫੋਨ ਵੀ ਕੀਤੇ ਮੈਨੂੰ ਐਂ ਕਹਿੰਦੇ ਨੇ ਕਿ ਤੇਰੇ ਨਾਲ ਖੜੇ ਹੋਏ ਸੀ ਉਸ ਟਾਈਮ ਵਿਆਜਾਂ ਦੇ ਪੈਸਾ ਦੇ ਦੇ ਜਿਹੜੀ ਮੇਰੀ ਪ੍ਰਾਪਰਟੀ ਸੀ ਮੇਰਾ ਗੱਣਾ ਸੀ ਮੇਰਾ ਕਰਮ ਸੀ ਉਹ ਸਾਰਾ ਮੈਂ ਤਾਂ ਫ੍ਰੀ ਹੈ ਆਪਣੇ ਘਰਾਂ ਚ ਆਪਣੀਆਂ ਵਿਆਹ ਸ਼ਾਦੀਆਂ ਚ ਪਾਰਟੀਆਂ ਚ ਫੰਕਸ਼ਨਾਂ ਤੇ ਨਿੱਕੂ ਨੂੰ ਫ੍ਰੀ ਉਥੇ ਬਲਾ ਬਲਾ ਕੇ ਲੋਕਾਂ ਨੂੰ ਆਪਣੇ ਕੰਮ ਕਰਵਾਏ ਫੋਟੋ ਕਰਾਈਆਂ ਉਹ ਕੰਮ ਇੱਕ ਦਿਨ ਜਿੱਦਨ ਆਫਿਸ ਦੀ ਡਾਇਰੀ ਦੇਖੀ ਗਈ ਕਿਆ ਸਾਲ ਦੇ ਵਿੱਚ 80 ਜਗ੍ਹਾ ਤੇ ਪ੍ਰੋਗਰਾਮ ਲੱਗੇ ਮੈਂ ਕਿਹਾ ਮੈਂ ਤਾਂ ਸਿলাই ਨਹੀਂ ਜਦੋਂ ਪ੍ਰੋਪਰ ਅਸੀਂ ਚੈੱਕ ਕੀਤਾ ਤੇ 80 ਜਗ੍ਹਾ ਤੇ ਜਿੱਥੇ ਮੈਂ ਆਪਣੇ ਪੱਲਿਓ ਨਾਲ ਚਾਰ ਬੰਦੇ ਆਪਣੀ ਗੱਡੀ ਉਹਦਾ ਤੇਲ ਉਹਨਾਂ ਦੀ ਰੋਟੀ ਪਾਣੀ ਉਥੇ ਸ਼ਗਨ ਪੱਲਿਆਂ ਦੇ ਕੇ ਫ੍ਰੀ ਖਾਤੇ ਕਰਿਆ ਗਿਆ ਤੇ ਉਥੇ ਆਰਟਿਸਟ ਹੋਰ ਲਵਾਇਆ ਉਹਨਾਂ ਨੇ ਨਿੱਕੂ ਨੂੰ ਬੁਲਾਇਆ ਗਿਆ ਕਿ ਨਿੱਕੂ ਤਾਂ ਮੇਰਾ ਭਰਾ ਇਹਨੇ ਤਾਂ ਵੈਸੀ ਆ ਜਾਣਾ ਨਿੱਕੂ ਉਹਨਾਂ ਦੇ ਨਾਲ ਚ ਕਾਰਟੇ ਚੜ ਕੇ ਚਲਾ ਜਾਂਦਾ ਸੀ ਇਹ ਕਾਰ ਡੈਮੇਜ ਕਰਦੇ ਬੈ ਕੇ ਚਲਾ ਜਾਂਦਾ ਪੈਸੇ ਨਹੀਂ ਹੋਣਗੇ ਕੋਈ ਗੱਲ ਨਹੀਂ ਮਿੱਤਰ ਨੇ ਇਹ ਬਹੁਤ ਵੱਡੀ ਗੱਲ ਆ ਬਾਈ ਜੀ ਮਾਸੀਆਂ ਥਾਵਾਂ ਤੇ ਗੱਲਾਂ ਸੱਚੀਆਂ ਹੁੰਦੀਆਂ ਨੇ ਔਰ ਇਹ ਲਖਾਰੀਆਂ ਨੂੰ ਵੀ ਜੀ ਪੱਤਰਕਾਰਾਂ ਨੂੰ ਵੀ ਇਹੀ ਹੁੰਦਾ ਸਭ ਨੂੰ ਹੁੰਦਾ ਵੀ ਆਇਓ ਲੱਕੜ ਦਾ ਕੁੱਕੜ ਜਾ ਫੜਾ ਕੇ ਤੋੜ ਦਿੰਦੇ ਆ ਪਰ ਮੇਰੀ ਬੇਨਤੀ ਹੈ ਤੁਸੀਂ ਚੜ੍ਹਦੀ ਕਲਾ ਚ ਰਹੋ ਸਮਾਂ ਜਾਸਤਰੀ ਦੇ ਰਿਹਾ ਚੜ੍ਹਦੀ ਕਲਾ ਚ ਪੂਰਾ ਮੈਂ ਆਪਣੇ ਫੈਨਸ ਨੂੰ ਫੇਰ ਮੇਰੀ ਇੱਕੋ ਰਿਕੁਐਸਟ ਮੈਨੂੰ ਤੁਹਾਡੇ ਤੋਂ ਕਿਸੇ ਤੋਂ ਕੋਈ ਪੈਸਾ ਨਹੀਂ ਚਾਹੀਦਾ ਕਦੇ ਮਾੜਾ ਕੀਤਾ ਨਾ ਗਾਇਓ ਕਦੇ ਵੀ ਕਦੇ ਮਾੜਾ ਮੈਂ ਨਾ ਜ਼ਿੰਦਗੀ ਪਹਿਲਾਂ ਵੀ ਨਹੀਂ ਗਾਇਆ ਅਜੋ ਅਤੀਤ ਦੇ ਵਿੱਚ ਗਲਤੀਆਂ ਹੋਈਆਂ ਉਹ ਦੁਹਰਾਇਓ ਨਾ ਦੁਬਾਰਾ ਬਿਲਕੁਲ ਜੀ ਹੋਰ ਕੋਸ਼ਿਸ਼ ਕਰਾਂਗੇ ਇੱਕ ਬਰੀ ਪੰਜਾਬੀ ਤੁਹਾਨੂੰ ਹੋਰ ਵੀ ਬੇਨਤੀ ਆ ਜੀ ਵੀ ਦੇਖੋ ਅੱਜ ਨਿੱਕੂ ਦਾ ਹਾਲ ਦੇਖ ਕੇ ਆਪਾਂ ਪਿਗਲ ਗਏ ਆ ਹੂੰ ਪਰ ਇਹ ਸੋਚੋ ਵੀ ਰਗੀਆਂ ਢਾਡੀਆਂ ਕਵੀਸ਼ਰਾਂ ਗ੍ਰੰਥੀ ਸਿੰਘਾਂ ਦਾ ਕੀ ਬਣਦਾ ਹੋਊ ਜਿੰਦ ਉਹਨਾਂ ਨੂੰ ਤਾਂ 2500 ਰੁਪਇਆ ਦੇਣ ਵੇਲੇ 100 ਦੇ ਉਹਨਾਂ ਦੀ ਵੀ ਮਦਦ ਕਰਿਆ ਇੱਕ ਚੀਜ਼ ਹੋਰ ਜੇ ਤੁਸੀਂ ਇਹ ਕਹਿੰਦੇ ਹੋ ਨਾ ਕਿ ਗੁਰੂ ਗ੍ਰੰਥ ਸਾਹਿਬ ਬਹੁਤ ਵੱਡੀ ਇੱਕ ਪਦਵੀ ਹੈ ਸਾਡੇ ਗੁਰੂਆਂ ਨੇ ਸਾਨੂੰ ਇਹਨਾਂ ਦੇ ਲੜ ਲਾਇਆ ਫਿਰ ਇੱਕ ਧਿਆਨ ਜ਼ਰੂਰ ਰੱਖਿਓ ਸ਼ਾਇਦ ਗੋੜੀ ਹੋਗੀ ਗੱਲ ਤੁਨੂੰ ਆਰਟਿਸਟਾਂ ਨੂੰ 10-10 20-20 ਲੱਖ ਦਿੰਨੇ ਹੋ ਹੂੰ ਰਗੀਆਂ ਨੂੰ 1100 ਦੇ ਕੇ ਵੀ ਕਹਿੰਦੇ ਹੋ ਬਾਬਾ ਜੀ ਬਸ ਬਹੁਤ ਨੇ ਪਲੀਜ਼ ਰਾਗੀਆਂ ਦੀ ਭੇਟਾ ਸੌ ਹਜ਼ਾਰਾਂ ਚ ਨਹੀਂ ਉਹਨਾਂ ਨੂੰ ਵੀ ਲੱਖਾਂ ਦੇਣੀ ਸ਼ੁਰੂ ਕਰੋ ਤਾਂ ਕਿ ਉਹ ਕਿਸੇ ਲਾਲਚ ਲਈ ਨਾ ਕੀਰਤਨ ਕਰਨ ਉਹਨਾਂ ਦੀਆਂ ਪੂਰਤੀਆਂ ਹੋ ਜਾਣ ਜਦੋਂ ਕੀਰਤਨ ਕਰਨ ਉਹਨਾਂ 'ਚ ਉਹਨਾਂ ਦਾ ਭਾਵ ਆਵੇ ਉਹਨਾਂ ਦਾ ਪ੍ਰੇਮ ਆਵੇ ਜੋ ਗੁਰਬਾਣੀ ਕਹਿਣਾ ਚਾਹੁੰਦੀ ਆ ਤੁਹਾਡੇ ਦਿਲਾਂ ਤੱਕ ਪਹੁੰਚੇ ਤੁਸੀਂ ਆਨੰਦ ਕਰ ਜਾਂਦੇ ਬੈਠੇ ਇਹ ਨਾ ਕਹੋ ਕਿ ਭਾਈ ਸਾਹਿਬ ਲਾਵਾ ਛੇਤੀ ਕਰਾ ਦਿਓ ਬਹੁਤ ਖੂਬ ਬਹੁਤ ਖੂਬ ਪਲੀਜ਼ ਇਹ ਸਾਨੂੰ ਸਾਰਿਆਂ ਨੂੰ ਸਮਝਣਾ ਪੈਣਾ ਗਲਤੀਆਂ ਮੈਂ ਇਕੱਲਾ ਨਹੀਂ ਕਰਦਾ ਸੀ ਸਾਰੇ ਕਰਦੇ ਆ ਇਹ ਸਾਰੇ ਗਲਤੀਆਂ ਕਰਨੀਆਂ ਛੱਡਿਏ ਆਰਟਿਸਟ ਵੀ ਜਿਹੜੇ ਆਰਟਿਸਟ ਨੇ ਜਿਨ੍ਹਾਂ ਨੂੰ ਗਾਉਣਾ ਆਉਂਦਾ ਜਿਨ੍ਹਾਂ ਕੋਲ ਕਲਾ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਨੂੰ ਚਾਰ ਦਿਨ ਗਾਣੇ ਸੁਣ ਕੇ ਜੇ ਇੱਕ ਮਾੜਾ ਜਿਹਾ ਡਾਊਨ ਗਿਆ ਉਹ ਛੱਡੇ ਤਾਂ ਗਿਆ ਇਹ ਕਹਿਣਾ ਬੰਦ ਕਰ ਦਿਓ ਜੀ ਸੋਚੋ ਇਹ ਬੰਦਾ ਪਿੱਛੇ ਕਿਉਂ ਗਿਆ ਸਵਾਦ ਲੈਣਾ ਬੰਦ ਕਰੋ ਸਵਾਦ ਲੈਣਾ ਬੰਦ ਕਰ ਦਿਓ ਜਿਹੜੀਆਂ ਤੁਸੀਂ ਕੰਟਰੋਵਰਸੀਆਂ ਤੇ ਗਿੱਜੇ ਹੋ ਨਾ ਕਿ ਜਿੰਨੀ ਵੱਡੀ ਕੰਟਰੋਵਰਸੀ ਆਰਟਿਸਟ ਉਹਨਾਂ ਵੱਡਾ ਪਲੀਜ਼ ਇਹਨਾਂ ਨੂੰ ਬਖਸ਼ ਦਿਓ ਇਹਨਾਂ ਤੋਂ ਪਰੇ ਹੋ ਜੋ ਜਿਹੜੇ ਤੁਸੀਂ ਆਰਟਿਸਟਾਂ ਨੂੰ ਆਤ ਪਾਦੀ ਨਾ ਕਿ 300 ਮਿਲੀਅਨ ਦੇ ਗਾਣੇ ਦੇ ਵਿਊ ਇਹਦੇ ਇੰਨੇ ਮਿਲੀਅਨ ਵਿਊ ਡੋਬਤੀ ਕਲਾ ਖੇਤਰੋਂ ਇਹ ਤੁਸੀਂ ਕਲਾ ਡੋਬ ਰਹੇ ਹੋ ਡੁੱਬਣ ਵਾਲੇ ਅੱਧ ਤੋਂ ਵੱਧ ਗੁਨਾਹਗਰ ਤੁਸੀਂ ਹੋ ਜਿਹੜੇ ਤੁਸੀਂ ਆਰਟਿਸਟਾਂ ਨੂੰ ਐਸੀ ਆਤ ਪਾਉਂਦੇ ਹੋ ਜਿਹਦੇ ਨਾਲ ਜਿਹੜਾ ਇੱਕ ਚੰਗਾ ਗਾਣਾ ਗਾਉਣ ਵਾਲਾ ਸਤਵਿੰਦਰ ਬੁੱਗੇ ਵਰਗਾ ਸੁਰੀਲਾ ਆਰਟਿਸਟ ਪਤਾ ਨਹੀਂ ਕਿੰਨੇ ਮੈਂ ਨਾਮ ਗਿਣਾ ਤੇ ਲਿਸਟ ਲੱਗ ਜੂਗੀ ਜਿਹੜੇ ਗਾਉਣਾ ਜਾਣਦੇ ਨੇ ਜਿਹੜੇ ਕਿਸੇ ਆਪਣੇ ਗੁਰੂ ਤੋਂ ਸਿੱਖ ਕੇ ਕੋਈ ਇਸ ਲਾਈਨ ਚ ਆਇਨੇ ਜੀ ਉਹਨਾਂ ਲੋਕਾਂ ਦੇ ਨਾਲ ਉਹਨਾਂ ਦਾ ਸਾਥ ਦੋ ਇਹ ਜਿ ਕਿੰਨੇ ਆਰਟਿਸਟ ਨੇ ਮੇਰੇ ਵਰਗੇ ਕਿੰਨੇ ਨੇ ਜਿਹੜੇ ਆਰਟਿਸਟ ਸਿਰਫ ਇੱਕ ਗਾਣਾ ਗਾ ਕੇ ਰਾਤੋਂ ਰਾਤ ਕੈਨੇਡਾ ਤੋਂ ਆਏ ਲਾ ਕੇ 10 20 ਮਿਲੀਅਨ ਦੀ ਐਡ ਕੱਲੇ ਪੱਲਿਓਂ ਪੈਸੇ ਲਾ ਕੇ ਕੁਝ ਗਾਣਾ ਚਲਾ ਕੇ ਚਲੇ ਗਏ ਉਹ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਤੁਸੀਂ ਵੀ ਗੰਨਾ ਵਾਲੇ ਗਾਣੇ ਗਾਓ ਤੁਸੀਂ ਵੀ ਇਦਾਂ ਦੇ ਗਾਓ ਨਾ ਕਰੋ ਇਹ ਕੁਝ ਤੁਹਾਨੂੰ ਜੋ ਚਾਹੀਦਾ ਸੰਨ ਦੋਸਤੋ ਅਸੀਂ ਸਾਰਾ ਕੁਝ ਗਾਉਣ ਜਾਣਦੇ ਆ ਜੇ ਤੁਸੀਂ ਕਹੋ ਗੰਨਾ ਦੇ ਗਾਣੇ ਸੁਣਨੇ ਹਨ ਨਾ ਨਾ ਇਹਦਾ ਮਤਲਬ ਇਹ ਨਹੀਂ ਨਿੱਕੂ ਨੂੰ ਗਾਣੇ ਨਹੀਂ ਆਉਂਦੇ ਹੂੰ ਤੁਸੀਂ ਕਹੋਗੇ ਚਿੱਟੇ ਦੇ ਗਾਣੇ ਗਾਉਣੇ ਨਿੱਕੂ ਨੂੰ ਗਾਣੇ ਨਹੀਂ ਆਉਂਦੇ ਪਰ ਅਸੀਂ ਨਹੀਂ ਚਾਹੁੰਦੇ ਸਾਡੇ ਕਲਚਰ 'ਚ ਅਸੀਂ ਗੰਦ ਪਾਈਏ ਸਾਡਾ ਕਲਚਰ ਬਹੁਤ ਅਮੀਰ ਹੈ ਬਹੁਤ ਖੂਬ ਸਾਡੇ ਗੁਰੂਆਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੂੰ ਗੁਰਬਾਣੀ ਤੋਂ ਬਾਅਦ ਸਾਡੀ ਮਾਂ ਬੋਲੀ ਨੂੰ ਜੇ ਕੋਈ ਚੀਜ਼ ਪ੍ਰਮੋਟ ਕਰਦੀ ਉਹ ਪੰਜਾਬੀ ਵਿਰਸਾ ਸਾਡਾ ਪੰਜਾਬੀ ਮਾਂ ਬੋਲੀ ਹੈ ਪੰਜਾਬੀ ਗਾਣੇ ਨੇ ਜਿਹਦੇ ਕਰਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਹਰ ਕੰਟਰੀ ਦੇ ਉੱਥੇ ਦੀ ਜਨਰੇਸ਼ਨ ਉੱਥੇ ਦੇ ਜੰਮ ਪਾਲ ਬੱਚੇ ਸਾਡੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਨੇ ਉਹ ਸਾਡੇ ਪੰਜਾਬੀ ਗਾਣੇ ਨੇ ਸਾਡਾ ਪੰਜਾਬੀ ਵਿਰਸਾ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜੀ ਬਹੁਤ ਖੂਬ ਪਲੀਜ਼ ਸਾਡੀ ਮਾਂ ਬੋਲੀ ਨੂੰ ਸੰਭਾਲ ਲਓ ਸਾਡੇ ਵਿਰਸੇ ਨੂੰ ਸੰਭਾਲ ਲਓ ਵਿਰਸੇ ਨਾਲ ਜੁੜੇ ਹੋਏ ਆਰਟਿਸਟਾਂ ਨੂੰ ਸੰਭਾਲ ਲਓ ਸਾਨੂੰ ਆਪਣੀ ਹਮੇਸ਼ਾ ਖੁਸ਼ੀਆਂ ਵਿੱਚ ਰੱਖੋ ਸਾਨੂੰ ਬਹੁਤੇ ਪੈਸੇ ਨਹੀਂ ਚਾਹੀਦੇ ਜੇ ਤੁਸੀਂ ਕਹਿੰਦੇ ਹੋ ਜਿਹੜੇ ਆਰਟਿਸਟ ਨੂੰ ਤੁਸੀਂ ਪੈਸੇ ਦਿੰਦੇ ਹੋ ਕਿ ਆ 15 ਲੱਖ ਜੀ ਕੀਤਾ 20 ਕਿਸੇ ਨੂੰ ਨਹੀਂ ਕਿਸੇ ਨੂੰ ਚਾਹੀਦੇ ਹਮਮ ਆਪ ਦੀ ક્ષਮਤਾ ਦੇ ਨਾਲ ਦੋ ਓਕੇ ਓਕੇ ਨਾਲ ਦੋ ਉਹਸ ਆਰਟਿਸਟ ਨੂੰ ਬੁਲਾਓ ਜਿਹੜਾ ਘਰੇ ਬੈਠਾ ਬਹੁਤ سارے ਆਰਟਿਸਟ ਜਿਹੜੇ ਜੀ ਨੂੰ ਰੋਣਾ ਬੰਦ ਕਰੀਏ ਜਿਹਨੂੰ ਲੋੜ ਹੈ ਤੁਸੀਂ ਚੜਦੀ ਕਲਾ ਚਾਹੁੰਦੇ ਹੁੰਦਾ ਬਾਦਲ ਜਿਹਨੂੰ ਲੋੜ ਹੈ ਤੇ ਜਿਹੜਾ ਆਰਟਿਸਟ ਹੈ ਦਿਲੋਂ ਆਰਟਿਸਟ ਨੂੰ ਗਾਣਾ ਹੁੰਦਾ ਉਹਨਾਂ ਆਰਟਿਸਟਾਂ ਨੂੰ ਬੁਲਾਓ ਬਿਲਕੁਲ ਸਹੀ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਦਿਨ ਵਾਕਈ ਬਦਲਣ ਤੁਸੀਂ ਫਿਰ ਤੋਂ ਲੋਕਾਂ ਦੇ ਦਿਲਾਂ ਦੇ ਮੈਨੂੰ ਲੱਗਦਾ ਦੁਨੀਆ ਜਿਹੜੇ ਪਿਆਰ ਕਰਦੇ ਨੇ ਬਦਲਦੇ ਦੇ ਨੇ ਨਾ ਜੀ ਬਿਲਕੁਲ ਸਹੀ ਮੈਨੂੰ ਬਿਨਾਂ ਪੈਸੇ ਤੋਂ ਜੀ ਬਿਨਾਂ ਪੈਸੇ ਤੋਂ ਜਦੋਂ ਕਹ ਤੁਸੀਂ ਭਾਵ ਕੋ ਹੋ ਜਾਣਾ ਸਭ ਕੁਝ ਆ ਗਿਆ ਚੜ੍ਹਦੀ ਕਲਾ ਦੀ ਅਦਾਸ ਕਰਦੇ ਹਾਂ ਸਭ ਦਾ ਬਹੁਤ ਬਹੁਤ ਜਲਦੀ ਮਿਲਦੇ ਹਾਂ ਜੀ ਫਿਲਹਾਲ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਆਪਣੀ ਪ੍ਰतिक्रिया ਜ਼ਰੂਰ ਛੱਡ ਤੇ ਪਹੁੰਚਾਓ ਤੇਨਾਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਆ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ